ਲੁਧਿਆਣੇ ਦੇ ਵਿੱਚ ਉਹ ਹਮਲਾ ਕਰਨਾ ਹੋਵੇ ਅਰੋੜਾ ਹੋਰਾਂ ਦੇ ਉੱਪਰ ਇਹ ਸਾਰੀਆਂ ਸਥਿਤੀਆਂ ਨੂੰ ਕਿਵੇਂ ਵੇਖਦੇ ਬਾਚਦੇ ਹੋਂ ਕਿ ਇਹ ਸ਼ਬੀ ਇਸ ਤਰੀਕੇ ਦੇ ਨਾਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਸੱਚਮੁੱਚ ਸਿੱਖ ਪੰਥ ਦੇ ਉੱਪਰ ਡਰ ਪੈ ਹੈ ਸਿੱਖ ਪੰਥ ਨੂੰ ਇਸ ਤਰੀਕੇ ਦੀਆਂ ਕਾਰਵਾਈਆਂ ਕਰਨ ਦੇ ਲਈ ਮਜਬੂਰ ਹੋਣਾ ਪੈਂਦਾ ਸਿੱਖ ਪੰਥ ਬੜਾ ਮਹਾਨ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸਰੀਰ ਦਿੱਤਾ ਪੰਥ ਨੂੰ ਕੋ ਛੋਟੀ ਗੱਲ ਥੋੜਾ ਤੇ ਇਹ ਜੇ ਹੁਣ ਬਾਣਾ ਆ ਹਰਿਚਾਰੀ ਬੰਦਾ ਪਾ ਕੇ ਉਹ ਜਿਹਿਆਂ ਪੁੱਠੀਆਂ ਸਿੱਧੀਆਂ ਹਰਕਤਾਂ ਕਰੂਗਾ ਉਦੋਂ ਸਿੱਖ ਪੰਥ ਦੀ ਸ਼ਬੀ ਖਰਾਬ ਹੁੰਦੀ ਹੈ ਜਿੰਨਾ ਚਿਰ ਅੰਦਰ ਦਾ ਬਾਣਾ ਨਹੀਂ ਪੈਂਦਾ ਉਹਨਾਂ ਚਿਰ ਬਾਹਰ ਦਾ ਬਾਣਾ ਵੀ ਕੰਮ ਨਹੀਂ ਕਰਦਾ ਤੇ ਜਿੰਨਾ ਚਿਰ ਤੁਸੀਂ ਬਾਣੀ ਨਹੀਂ ਪੜਦੇ ਤੁਹਾਡੇ ਅੰਦਰ ਸ਼ਬਦ ਨਹੀਂ ਚੱਲਦਾ ਜਿੰਨਾ ਚਿਰ ਸ਼ਬਦ ਨਹੀਂ ਚੱਲਦਾ ਉਹਨਾਂ ਚਿਰ ਤੁਹਾਡੇ ਸ਼ਸ਼ਤਰ ਨਹੀਂ ਚੱਲਦੇ ਤੇ ਜਿਹੜੇ ਬੰਦੇ ਸ਼ਬਦ ਦੇ ਨਾਲ ਹੀ ਚ ਇਹਨਾਂ ਦੇ ਸ਼ਸ਼ਤਰ ਚੱਲਦੇ ਹਨ ਉਹ ਵੰਗਾਰ ਕੇ ਮਾਰਦੇ ਭਾਵੇਂ ਉਹ ਰੂੜੇ ਜੇ ਤਿੰਨ ਚਾਰ ਉੱਥੇ ਗੰਜੀ ਜੇ ਤੁਰੇ ਫਿਰਦੇ ਹਨ ਉਹਨਾਂ ਨੂੰ ਗੱਲ ਆਪ ਫੋਨਾਂ ਨੇ ਧਮਕੀਆਂ ਦੇ ਰਹੇ ਆ ਇਹ ਕਿਹੜੀ ਗੱਲ ਹੋਈ ਅਗਲੇ ਬੰਦੇ ਨੂੰ ਵੰਗਾਰੋ ਵੀ ਤੂੰ ਆਮਦਾਨ ਦੇ ਵਿੱਚ ਤੂੰ ਆਪਣੇ ਦਿਲ ਦੀ ਗੱਲ ਰੱਖ ਤੇ ਅਸੀਂ ਆਪਣੇ ਦਿਲ ਦੀ ਗੱਲ ਰੱਖਾਂਗੇ ਤੂੰ ਬਾਵਾ ਦਾ ਬਲ ਵੇਖਣਾ ਤੇ ਤੈਨੂੰ ਬਾਵਾ ਦਾ ਬਲ ਖਾਵਾਂਗੇ ਸਿੱਖ ਦੀ ਸ਼ਬੀ ਨਹੀਂ ਖਰਾਬ ਹੁੰਦੀ ਵੀ ਇਹ ਸਿੱਖ ਦੇ ਲੋਕਾਂ ਦੀ ਰਾਖੀ ਕਰਦੇ ਰਿਆ ਇੱਕ ਪਾਸੇ ਕਹਿੰਦੇ ਬਾਲਨਾਰ ਸ਼ਰਨਾਗਤੀ ਰੋਗੀ ਬਿਨ ਹਥਿਆਰ ਡਿੱਗੇ ਪਏ ਔਰ ਬਿਰਧ ਤੇ ਕਰਤਨ ਸੂਰੇਵਾਰ ਇੱਕ ਪਾਸੇ ਇਹ ਗੱਲ ਕਰਨੇ ਵੀ ਨਹੀਂ ਮੰਨਿਆ ਤੇ ਬੰਦੇ ਦੇ ਵਾਰ ਹੀ ਨਹੀਂ ਕਰਦੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਇਹਨਾਂ ਵੇਖੋ ਹਿੰਦੂ ਹੋਵੇ ਭਾਵੇਂ ਇਸਾਈ ਹੋਵੇ ਤੇ ਭਾਵੇਂ ਹੋਵੇ ਸਿੱਖ ਤੇ ਭਾਵੇਂ ਹੋਵੇ ਮੁਸਲਮਾਨ ਉਹਨਾਂ ਨੂੰ ਆਪੋ ਆਪਣੇ ਧਰਮ ਦਾ ਪ੍ਰਚਾਰ ਕਰਨਾ ਚਾਹੀਦਾ ਕਿਸੇ ਦੇ ਧਰਮ ਤੇ ਟਿੱਪਣੀ ਨਹੀਂ ਕਰਨੀ ਚਾਹੀਦੀ ਅੱਜ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਬਾਹਰ ਆ ਜਾਂਦੇ ਆ ਤੇ ਮੈਨੂੰ ਇਸ ਗੱਲ ਦਾ ਕੋਈ ਦਾਵਾ ਨਹੀਂ ਵੀ ਮੈਨੂੰ ਕੋਈ ਲਿਖ ਕੇ ਦਵੇ ਵੀ ਬਾਕੀ ਬੰਦੇ ਵੀ ਆਉਣਗੇ ਬਾਕੀਆਂ ਦੀ ਕੋਈ ਆਸ ਨਹੀਂ ਹੈਗੀ ਹੁਣ ਜਿਹੜੇ ਬਾਜੇਗੇ ਮੰਤਰੀ ਵਰਗੇ ਆ ਉਹਨਾਂ ਵਿਚਾਰਿਆਂ ਨੇ ਕਿਹੜੀਆਂ ਡਾਂਗਾਂ ਚੁੱਕੀਆਂ ਜਾਂ ਕਿਤੇ ਬੰਬ ਚਲਾਏ ਕਲਸੀ ਵਰਗੇ ਉਹਨਾਂ ਨੇ ਨਾਲ ਹੀ ਤੁਰੇ ਉਹਨਾਂ ਕਿਹੜਾ ਕੁਝ ਬੋਲਿਆ ਉਹਨਾਂ ਦਾ ਕੋਈ ਕਸੂਰ ਨਹੀਂ ਆ ਜਦੋਂ ਆਪਾਂ ਕਿਸਾਨੀ ਧਰਨੇ ਲਾਏ ਸੀ ਆਪਾਂ ਜਿੱਤ ਗਏ ਲੋਕ ਕਹਿੰਦੇ ਇਹ ਜਿੱਤ ਕਾਹੇ ਮੈਂ ਕਹਿੰਦਾ ਤੁਸੀਂ ਹਾਰ ਗਏ ਕਰੋੜਾਂ ਰੁਪਈਆ ਦਾ ਤੁਸੀਂ ਨੁਕਸਾਨ ਕਰ ਦਿੱਤਾ ਹੁਣ ਆਨੰਦਪੁਰ ਸਾਹਿਬ ਨੂੰ ਜਾਣੇ ਆਪਾਂ ਲੰਗਰ ਲਾਉਨੇ ਆ ਕਿੰਨੇ ਕਰੋੜਾਂ ਰੁਪਈਆ ਦਾ ਲੰਗਰ ਚੱਲਦਾ ਹੁਣ ਤੁਸੀਂ ਉਸ ਚੀਜ਼ ਤੇ ਕਦੇ ਵਿਚਾਰ ਕਰਕੇ ਵੇਖੀ ਵੀ ਸਿੱਖ ਪੰਥ ਦੇ ਕੋਲ ਚੰਗਾ ਤੇ ਸਕੂਲ ਨਹੀਂ ਕੋਈ ਅੱਜ ਤੁਹਾਡੇ ਤੇ ਭੀੜ ਬਣ ਗਈ ਤੁਹਾਡੇ ਮਗਰ ਨਹੀਂ ਕਹਿੰਦੇ ਜਾਣਾ ਕਿਉਂਕਿ ਮੈਂ ਇਹਨਾਂ ਰਾਹਾਂ 'ਚ ਲੰਘ ਚੁੱਕਾ ਜੇਲ੍ਹ ਵੀ ਕੱਟ ਲਈ ਸੀ ਸਟਾਪ ਵੀ ਚਲ ਗਿਆਂ ਮੈਨੂੰ ਇਹ ਦੱਸੋ ਪੰਥ ਰਿੰਦਾ ਕਿੱਥੇ ਆ ਪਿਆਰ ਪਰ ਇਸਾਚੂ ਆਕਾਲ ਦੋਸਤੋ ਮੈਂ ਆ ਸੁਖਵੀਰ ਸਿੰਘ ਸ਼ਿਰਗਲ ਤੇ ਤੁਥੀ ਜੁੜ ਚੁੱਕੇ ਹਾਂ ਹਮਦਰਦ ਟੀਵੀ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਸਾਰੇ ਮਸਲੇ ਮੁੱਦੇ ਚੱਲਦੇ ਰਹਿੰਦੇ ਨੇ ਇਹਦੇ ਪੰਜਾਬ ਦੇ ਵਿੱਚ ਚੱਲਦੇ ਮਸਲੇ ਮੁੱਦਿਆਂ ਦੀ ਬਹੁਤ ਦੂਰ ਤੱਕ ਗੱਲ ਹੁੰਦੀ ਹੈ ਸਰਕਾਰਾਂ ਤੱਕ ਗੱਲ ਪਹੁੰਚਦੀ ਹੈ ਸਰਕਾਰਾਂ ਤੋਂ ਗੱਲ ਘੁੰਮਦੀ ਘਮਾਉਂਦੀ ਫਿਰ ਸਮਾਜ ਦੇ ਵਿੱਚ ਆਉਂਦੀ ਹੈ ਤੇ ਸਮਾਜ ਦੇ ਵਿੱਚੋਂ ਵੀ ਵੱਖ-ਵੱਖ ਤਰੀਕੇ ਦੇ ਨਾਲ ਪ੍ਰਤੀਕਿਰਿਆਵਾਂ ਦਿੱਤੀਆਂ ਜਾਂਦੀਆਂ ਨੇ ਤੇ ਜਿਹੜੇ ਲੋਕਾਂ ਦੇ ਵੱਲੋਂ ਬੇਬਾਕ ਤਰੀਕੇ ਦੇ ਨਾਲ ਆਪਣੀ ਗੱਲ ਸਮਾਜ ਦੇ ਪੱਖ ਦੇ ਵਿੱਚ ਸਮਾਜ ਦੇ ਭਲੇ ਦੇ ਲਈ ਬੋਲੀ ਜਾਂਦੀ ਹੈ ਉਹਨਾਂ ਲੋਕਾਂ ਦੇ ਉੱਪਰ ਵੀ ਪ੍ਰतिकਰਮ ਦੇਣ ਦੇ ਪਿੱਛੇ ਕਿਤੇ ਨਾ ਕਿਤੇ ਵੱਡੇ ਸਵਾਲੀਆ ਨਿਸ਼ਾਨ ਉੱਠਦੇ ਨੇ ਕਿ ਇਹਨਾਂ ਦੇ ਵੱਲੋਂ ਪਹਿਲਾਂ ਕੀ ਕਿਹਾ ਗਿਆ ਸੀ ਤੇ ਹੁਣ ਇਹਨਾਂ ਦੇ ਵੱਲੋਂ ਆਪਣੇ ਬੋਲਾਂ ਦੇ ਵਿੱਚ ਬਦਲਾ ਕਿਉਂ ਲਿਆਂਦਾ ਗਿਆ ਅੱਜ ਜਿਹੜੀ ਸ਼ਖਸੀਅਤ ਦੇ ਨਾਲ ਅਸੀਂ ਤੁਹਾਨੂੰ ਰੂਪਰੂ ਕਰਵਾਉਣ ਲੱਗੇ ਹਾਂ ਉਹਨਾਂ ਦੇ ਵੱਲੋਂ ਵੀ ਪੰਜਾਬ ਦੇ ਹਰ ਇੱਕ ਮਸਲੇ ਮਾਮਲੇ ਦੇ ਉੱਪਰ ਆਪਣਾ ਪੱਖ ਪੇਸ਼ ਕੀਤਾ ਜਾਂਦਾ ਹੈ ਲੋਕਾਂ ਨੂੰ ਸੰਬੋਧਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਤੇਜ਼ ਤਰਾਰ ਤਿੱਖੀਆਂ ਤੇ ਉਹ ਗੱਲਾਂ ਕਹੀਆਂ ਜਾਂਦੀਆਂ ਨੇ ਜਿਸ ਦੇ ਨਾਲ ਕਿਤੇ ਨਾ ਕਿਤੇ ਮਨ ਨੂੰ ਸੋਚਣ ਤੋਂ ਇਹ ਦੇ ਮਜਬੂਰ ਹੋਣਾ ਪੈਂਦਾ ਹੈ ਕਿ ਭਾਈ ਅਸੀਂ ਇਹ ਚੀਜ਼ਾਂ ਦੇ ਵਿੱਚ ਵਿਚਰ ਕਿਉਂ ਰਹੇ ਆ ਤੇ ਇਹਨਾਂ ਚੀਜ਼ਾਂ ਦੇ ਵਿੱਚ ਪਹਿਲਾਂ ਸਾਡੇ ਵੱਲੋਂ ਪਿਆ ਕਿਉਂ ਨਹੀਂ ਗਿਆ ਤੇ ਇਸ ਦੇ ਹੁਣ ਫਲ ਸ੍ਰੂਪ ਆਉਣ ਵਾਲਾ ਸਮਾਂ ਕਿਵੇਂ ਦਾ ਹੋਵੇਗਾ ਤੁਹਾਡੀ ਜੇਸ ਸ਼ਖਸੀਅਤ ਦੇ ਨਾਲ ਮੈਂ ਮੁਲਾਕਾਤ ਕਰਵਾਉਣ ਲੱਗਾ ਹਾਂ ਅਕਾਲੀ ਮਾਨ ਸਿੰਘ ਜਿਹੜੇ ਸਾਡੇ ਨਾਲ ਅੱਜ ਹੋਣਗੇ ਢਾਡੀ ਜਥਾ ਇਹਨਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਸਿੱਖ ਪੰਥ ਦਾ ਪ੍ਰਚਾਰ ਕੀਤਾ ਜਾਂਦਾ ਤੇ ਇਹਨਾਂ ਦੇ ਬੋਲ ਜਿਹੜੇ ਨੇ ਉਹ ਬੋਲ ਅਕਸਰ ਲੋਕਾਂ ਦੇ ਜ਼ਿਹਨ ਦੇ ਵਿੱਚ ਦਿਲ ਦੇ ਉੱਤੇ ਘਰ ਕਰ ਜਾਂਦੇ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਫਿਰ ਆਉਣ ਵਾਲੇ ਸਮੇਂ ਦੀਆਂ तमाम ਗੱਲਾਂ ਬਾਤਾਂ ਜਿਹੜੀਆਂ ਨੇ ਜਾਰੀ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਆਇਆਂ ਆਪ ਜੀ ਲੰਬੇ ਸਮੇਂ ਬਾਅਦ ਆਪਣੇ ਘਰ ਆਏ ਹੋ ਧੰਨਵਾਦ ਤੁਹਾਡਾ ਜੀ ਜਿਵੇਂ ਮੈਂ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਮਸਲੇ ਬਹੁਤ ਚੱਲਦੇ ਨੇ ਬਹੁਤ ਮੁੱਦਿਆਂ ਦੇ ਉੱਪਰ ਪੰਜਾਬ ਦੇ ਵਿੱਚ ਚਰਚਾਵਾਵਾਂ ਹੁੰਦੀਆਂ ਨੇ ਜਿਵੇਂ ਪਿਛਲੇ ਸਮੇਂ ਦੇ ਵਿੱਚ ਕੁਝ ਜਿਹੜੀਆਂ ਗਤੀਵਿਧੀਆਂ ਵੇਖਣ ਨੂੰ ਮਿਲੀਆਂ ਨੇ ਹੰਗ ਸਿੰਘਾਂ ਦੇ ਵੱਲੋਂ ਭਾਵੇਂ ਲੁਧਿਆਣੇ ਦੇ ਵਿੱਚ ਉਹ ਹਮਲਾ ਕਰਨਾ ਹੋਵੇ ਅਰੋੜਾ ਹੋਰਾਂ ਦੇ ਉੱਪਰ ਇਹ ਸਾਰੀਆਂ ਸਥਿਤੀਆਂ ਨੂੰ ਕਿਵੇਂ ਵੇਖਦੇ ਬਾਚਦੇ ਹੋਂ ਕਿ ਇਹ ਸ਼ਬੀ ਇਸ ਤਰੀਕੇ ਦੇ ਨਾਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਸੱਚਮੁੱਚ ਸਿੱਖ ਪੰਥ ਦੇ ਉੱਪਰ ਡਰ ਭੈ ਹੈ ਸਿੱਖ ਪੰਥ ਨੂੰ ਇਸ ਤਰੀਕੇ ਦੀਆਂ ਕਾਰਵਾਈਆਂ ਕਰਨ ਦੇ ਲਈ ਮਜਬੂਰ ਹੋਣਾ ਪੈਂਦਾ ਵੀਰ ਕੋਈ ਗੱਲ ਇਹ ਆ ਵੀ ਜੋ ਵੀ ਹੋਇਆ ਮੈਂ ਉਸ ਚੀਜ਼ ਦੇਤੇ ਗੱਲ ਕਹਿਣਾ ਵੀ ਗਲਤ ਆ ਹਮ ਸਿੱਖ ਪੰਥ ਨੇ ਅੱਜ ਤੱਕ ਜਿਹਦੇ ਤੇ ਵਾਰ ਕੀਤਾ ਉਹਨੂੰ ਪਹਿਲਾਂ ਲਲਕਾਰਿਆ ਉਹਨੂੰ ਬੰਗਾਰ ਕੇ ਗੱਲ ਆਖਿਆ ਵੀ ਤਗੜਾ ਆ ਜਾ ਤੇਰੇ ਵੱਲ ਅਸੀਂ ਆ ਰਹੇ ਹਾਂ ਵੀ ਜਿੰਨੂੰ ਤੂੰ ਸਦਨਾ ਜਿੰਨੂੰ ਤੂੰ ਯਾਦ ਕਰ ਲਾ ਬਾਬਾ ਬੰਦਾ ਸਿੰਘ ਬਹਾਦਰ ਨੇ ਸੂਬਾ ਸਰਹੰਦ ਰੂ ਪਹਿਲਾਂ ਚਿੱਠੀ ਲਿਖੀ ਚਿੱਠੀ ਲੈ ਕੇ ਗਿਆ ਵੀ ਬੰਦੇ ਦਾ ਬਣ ਜਾ ਪੁੱਤ ਤੇਰੇ ਮਨ ਦਾ ਭਲੇਖਾ ਕੱਢ ਨਵਾਤੇ ਹੀ ਆ ਗਏ ਆ ਤੂੰ ਜਿਹੜੇ ਆਪਣੇ ਸੱਜਣ ਮਿੱਤਰ ਨੂੰ ਯਾਦ ਕਰਨਾ ਉਹ ਕਰ ਲਾ ਬੰਗਾਰਿਆ ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਆਪਾਂ ਸ਼ਬੀ ਖਰਾਬ ਕਰ ਰਹੇ ਆਪਣੀ ਹਮ ਸਿੱਖ ਪੰਥ ਬੜਾ ਮਹਾਨ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸਰੀਰ ਦਿੱਤਾ ਪੰਥ ਨੂੰ ਕੋਈ ਛੋਟੀ ਗੱਲ ਥੋੜਾ ਤੇ ਇਹ ਜੇ ਹੁਣ ਬਾਣਾ ਆ ਹਰਿ ਸਾਰੀ ਬੰਦਾ ਪਾ ਕੇ ਉਹ ਜਿਹਾਂ ਪੁੱਠੀਆਂ ਸਿੱਧੀਆਂ ਹਰਕਤਾ ਕਰੂਗਾ ਉਹਦਣਾ ਸਿੱਖ ਪੰਥ ਦੀ ਸ਼ਬੀ ਖਰਾਬ ਹੁੰਦੀ ਆ ਜੀ ਇਹ ਸਿੱਖ ਪੰਥ ਨੇ ਬਹੁਤ ਕੁਰਬਾਨੀਆਂ ਕੀਤੀਆਂ ਮਹਾਰਾਜ ਨੇ ਇਹ ਬਾਣਾ ਐਵੇਂ ਨਹੀਂ ਦਿੱਤਾ ਬੜੀ ਭਗਤੀ ਤੋਂ ਬਾਅਦ ਮਿਲਿਆ ਤੇ ਕਈ ਜਨਮਾਂ ਦੀ ਭਗਤੀ ਤੋਂ ਬਾਅਦ ਇਹ ਬਾਣਾ ਮਿਲਦਾ ਐਵੇਂ ਨਹੀਂ ਬਾਣਾ ਮਿਲਦਾ ਕਿਉਂਕਿ ਤੁਸੀਂ ਮਹਿਨੇ ਹੀ ਆ ਬਾਣਾ ਇਹ ਸੋਚਦੇ ਲੋਕ ਦੁਨੀਆ ਖਰੀਦ ਕੇ ਸ਼ਾਇਦ ਅਸੀਂ ਕਪੜਾ ਪਾ ਲਿਆ ਜਿੰਨਾ ਚਿਰ ਅੰਦਰ ਦਾ ਬਾਣਾ ਨਹੀਂ ਪੈਂਦਾ ਉਹਨਾਂ ਚਿਰ ਬਾਹਰ ਦਾ ਬਾਣਾ ਵੀ ਕੰਮ ਨਹੀਂ ਕਰਦਾ ਤੇ ਜਿੰਨਾ ਚਿਰ ਤੁਸੀਂ ਬਾਣੀ ਨਹੀਂ ਪੜਦੇ ਤੁਹਾਡੇ ਅੰਦਰ ਸ਼ਬਦ ਨਹੀਂ ਚੱਲਦਾ ਜਿੰਨਾ ਚਿਰ ਸ਼ਬਦ ਨਹੀਂ ਚੱਲਦਾ ਉਹਨਾਂ ਚਿਰ ਤੁਹਾਡੇ ਸ਼ਸਤਰ ਨਹੀਂ ਚੱਲਦੇ ਤੇ ਜਿਹੜੇ ਬੰਦੇ ਸ਼ਬਦ ਦੇ ਨਾਲ ਹੀ ਚ ਇਹਨਾਂ ਦੇ ਸ਼ਸਤਰ ਚੱਲਦੇ ਹਨ ਉਹ ਵੰਗਾਰ ਕੇ ਮਾਰਦੇ ਆ ਅਚਨ ਚੇਤ ਧੋਖਾ ਕਰਕੇ ਨਹੀਂ ਮਾਰਦੇ ਕਿਉਂਕਿ ਖਾਲਸੇ ਪੰਥ ਦੀ ਰਵਾਇਤਾਂ ਹੀ ਇਹ ਆ ਜੀ ਪਰ ਦੱਸ ਕੇ ਹੁੰਦੇ ਆ ਜਦੋਂ ਹੁਣ ਬੰਦਾ ਕੋਈ ਨਹੀਂ ਹੱਥ ਆ ਰਿਹਾ ਵੇਖੋ ਮੈਂ ਮੈਂ ਸ਼ਿਵਸੈਨ ਵਾਲਾ ਮੇਰਾ ਕੋਈ ਮਾਮਾ ਥੋੜਾ ਲੱਗਦਾ ਵੀ ਜਾਂ ਮੇਰੇ ਕੋਈ ਰਿਸ਼ਤੇਦਾਰ ਆ ਮੈਂ ਉਹਦੇ ਹੱਕ ਚ ਗੱਲ ਕਰਨ ਦਾ ਮੈਂ ਉਹਦੇ ਹੱਕ ਚ ਨਹੀਂ ਗੱਲ ਕਰਦਾ ਮੈਂ ਇਨਸਾਫ ਦੀ ਗੱਲ ਕਰਦਾ ਵੇਖੋ ਜੇ ਉਹਨੂੰ ਵੰਗਾਰੋ ਭਾਵੇਂ ਉਹ ਰੋੜੇ ਜੇ ਤਿੰਨ ਚਾਰ ਉੱਥੇ ਗੰਜੇ ਜੇ ਤੁਰੇ ਫਿਰਦੇ ਹਨਾ ਉਹਨਾਂ ਨੂੰ ਗੱਲ ਆਪ ਫੋਨਾਂ ਨੇ ਧਮਕੀਆਂ ਦੇ ਰਹੇ ਆ ਇਹ ਕਿਹੜੀ ਗੱਲ ਹੋਈ ਅਗਲੇ ਬੰਦੇ ਨੂੰ ਵੰਗਾਰੋ ਵੀ ਤੂੰ ਆਮਦਾਨ ਦੇ ਵਿੱਚ ਤੂੰ ਆਪਣੇ ਦਿਲ ਦੀ ਗੱਲ ਰੱਖ ਤੇ ਅਸੀਂ ਆਪਣੇ ਦਿਲ ਦੀ ਗੱਲ ਰੱਖਾਂਗੇ ਤੂੰ ਬਾਵਾ ਦਾ ਬਲ ਵੇਖਣਾ ਤੇ ਤੈਨੂੰ ਬਾਵਾ ਦਾ ਬਲ ਖਾਵਾਂਗੇ ਉਹ ਵੀ 2 ਘੰਟੇ ਸਰਕਾਰ ਕੋਲ ਲੈ ਲੋ ਹਮ ਸਾਰੇ ਭਲੇਖੇ ਦੂਰ ਹੋ ਜਾਂਦੇ ਆ ਹੁਣ ਮੰਨ ਲਓ ਤੁਸੀਂ ਨੇ ਹੱਥੇ ਜਾ ਰਹੇ ਜੇ ਕਿਤੇ ਤੁਹਾਡੇ ਦੇ ਧਾਵਾ ਕੋਈ ਬੋਲ ਦੇਗਾ ਉਹਨੂੰ ਤੂੰ ਕਿੱਦਾਂ ਮਤਲਬ ਸਿੰਘ ਦੀ ਸ਼ਬੀ ਨੇ ਤੁਸੀਂ ਵੇਖੋਗੇ ਸਿੱਖ ਦੀ ਸ਼ਬੀ ਨਹੀਂ ਖਰਾਬ ਹੁੰਦੀ ਵੀ ਇਹ ਸਿੱਖ ਤੇ ਲੋਕਾਂ ਦੀ ਰਾਖੀ ਕਰਦੇ ਰਿਆ ਇੱਕ ਪਾਸੇ ਕਹਿੰਦੇ ਬਾਲਨਾਰ ਸ਼ਰਨਾਗਤੀ ਰੋਗੀ ਬਿਨ ਹਥਿਆਰ ਡਿੱਗੇ ਪਏ ਔਰ ਬਿਰਧ ਤੇ ਕਰਤਨਾ ਸੂਰੇਵਾਰ ਇੱਕ ਪਾਸੇ ਇਹ ਗੱਲ ਕਰਨੇ ਵੀ ਨਹੀਂ ਮੰਨਿਆ ਤੇ ਬੰਦੇ ਦੇ ਵਾਰ ਹੀ ਨਹੀਂ ਕਰਦੇ ਫਿਰ ਉਹਦੇ ਤੇ ਵਾਰ ਕਿਦਾਂ ਕਰ ਦਿੱਤਾ ਜੀ ਮੈਂ ਨਹੀਂ ਅਜੀ ਇਹ ਇਹ ਸਾਰੀ ਸਥਿਤੀ ਨੂੰ ਫਿਰ ਤੁਸੀਂ ਕੀ ਵੇਖਦੇ ਹੋ ਜਿਹੜੇ ਲੋਕਾਂ ਦੇ ਵੱਲੋਂ ਇਸ ਦੀ ਹਮਾਇਤ ਕੀਤੀ ਗਈ ਇਸ ਦੀ ਹਮਾਇਤ ਦੇ ਵਿੱਚ ਆਇਆ ਗਿਆ ਉਹ ਸਾਰੇ ਲੋਕ ਗਲਤ ਨੇ ਉਹਨਾਂ ਦੇ ਵੱਲੋਂ ਜਿਸ ਤਰੀਕੇ ਕਿਹਾ ਜਾਂਦਾ ਕਿ ਇਹਨਾਂ ਦੇ ਵੱਲੋਂ ਬੋਲ ਜਿਹੜੇ ਨੇ ਉਹ ਚੰਗੇ ਨਹੀਂ ਬੋਲੇ ਜਾਂਦੇ ਲੋਕਾਂ ਦੇ ਪੱਖ ਦੀ ਗੱਲ ਨਹੀਂ ਕੀਤੀ ਜਾਂਦੀ ਸਿੱਖ ਪੰਥ ਨੂੰ ਬਦਨਾਮ ਕੀਤਾ ਜਾਂਦਾ ਜਾਂ ਫਿਰ ਖਾਲਸਾਤਨ ਵਰਗੀਆਂ ਗੱਲਾਂ ਕੱਟੜ ਪੰਥੀ ਵਰਗੀਆਂ ਗੱਲਾਂ ਇਹ ਸਾਰੀਆਂ ਗੱਲਾਂ ਗਲਤ ਨੇ ਵੇਖੋ ਮੈਂ ਇਸ ਗੱਲ ਦੇ ਉੱਤੇ ਸਰਕਾਰ ਨੂੰ ਕਹਿਣਾ ਚਾਹੁੰਦਾ ਜਦੋਂ ਤੁਸੀਂ ਸਿੱਖਾਂ ਦੇ ਉੱਤੇ ਖਾਲਸਾਤਨ ਕਹਿਣ ਤੇ ਪਰਚਾ ਕਰਦੇ ਜੀ ਮੈਂ ਕੋਈ ਤਤਾ ਬੋਲ ਗਿਆ ਮੈਨੂੰ ਚੋਕੇ ਪੁਲਸ ਲੈ ਗਈ ਜੀ ਮੇਰੇ ਤੇ ਪਰਚਾ ਕਰ ਦਿੱਤਾ ਮੈਨੂੰ ਅੰਦਰ ਜੇਲ੍ਹ 'ਚ ਵੀ ਜਾਣਾ ਪੈ ਗਿਆ ਹਨਾ ਜਦੋਂ ਸਿੱਖ ਗੱਲ ਕਰਦਾ ਉਦੋਂ ਤੁਸੀਂ ਜੇਲ੍ਹਾਂ ਸੁੜਦੇ ਆ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੇਖੋ Hindu ਹੋਵੇ ਪਾਵੇਂ ਇਸਾਈ ਹੋਵੇ ਤੇ ਪਾਵੇਂ ਹੋਵੇ ਸਿੱਖ ਤੇ ਪਾਵੇਂ ਹੋਵੇ ਮੁਸਲਮਾਨ ਉਹਨਾਂ ਨੂੰ ਆਪੋ ਆਪਣੇ ਧਰਮ ਦਾ ਪ੍ਰਚਾਰ ਕਰਨਾ ਚਾਹੀਦਾ ਕਿਸੇ ਦੇ ਧਰਮ ਤੇ ਟਿੱਪਣੀ ਨਹੀਂ ਕਰਨੀ ਚਾਹੀਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਸਿਧਾਂਤ ਹੈ ਮਹਾਰਾਜ ਦਾ ਅਸੂਲ ਆ ਮਹਾਰਾਜ ਕਹਿੰਦੇ ਮੇਰਾ ਸਿੱਖ ਉਹ ਆ ਜਿਹੜਾ ਕਿਸੇ ਗੈਰ ਧਰਮ ਦੀ ਨਿੰਦਿਆ ਨਹੀਂ ਕਰਦਾ ਜਿਹੜਾ ਕਿਸੇ ਗੈਰ ਧਰਮ ਦੀ ਨਿੰਦਿਆ ਕਰਦਾ ਮੇਰੀ ਸਿਫਤ ਕਰਦਾ ਉਹ ਮੇਰਾ ਪੁੱਤ ਨਹੀਂ ਹੋ ਸਕਦਾ ਇੱਥੇ ਤੇ ਨਾ ਕੋ ਬਹਿਰੀ ਨਹੀਂ ਬਗਾਣਾ ਸਗਲ ਸੰਗਾ ਹਮਕੋ ਬਣਾਈ ਵੀ ਮਾਰੇ ਕਹਿੰਦੇ ਸਾਰੇ ਹੀ ਮੇਰੇ ਆ ਇਹ ਬਗਾਨੇ ਤੇ ਉਹਨਾਂ ਲੋਕਾਂ ਨੇ ਬਣਾਈ ਜਿਹੜੀਆਂ ਦੁਕਾਨਾਂ ਬਣਾ ਕੇ ਬੈਠੇ ਆ ਇਹ ਜਿਹੜੇ ਗੰਜੇ ਦੇ ਬੈਠੇ ਆ ਨਾ ਇਹ ਹੈ ਛਤਰਾਂ ਵਾਲੇ ਆ ਮੈਂ ਨਹੀਂ ਕਹਿੰਦਾ ਪਰ ਨੇ ਹੱਥੇ ਤੇ ਕਿਸੇ ਦੇ ਵਾਰ ਨਾ ਕਰੋ ਉਹ ਕਹਿ ਰਿਹਾ ਨਾ ਕਹਿੰਦਾ ਜੀ ਸਾਨੂੰ ਦੱਸ ਕੇ ਆਉਂਦੇ ਮੈਂ ਕਹਿੰਦਾ ਦੱਸ ਕੇ ਬੜੀ ਵਾਰ ਗਏ ਮੁੜ ਕੇ ਆਉਂਦੇ ਨਹੀਂ ਉਹ ਤੁਹਾਨੂੰ ਹੀ ਪਤਾ ਪੂਰੇ মিডিਆ ਨੂੰ ਪਤਾ ਪੂਰੇ ਪੰਜਾਬ ਨੂੰ ਪਤਾ ਫਿਰ ਜਿਹੜੇ ਬੰਦਿਆਂ ਨੂੰ ਉਹ ਕਹਿੰਦੇ ਅਸੀਂ ਆਵਾਂਗੇ ਜਦੋਂ ਅਸੀਂ ਮਿਲ ਇਕੱਠੇ ਹੋ ਕੇ ਉੱਥੇ ਜਾਂਦੇ ਆ ਫਿਰ ਗਾੜੀ ਆਉਂਦੇ ਨਹੀਂ ਸਾਨੂੰ ਪੁਲਿਸ ਚੋੱਕ ਕੇ ਅੰਦਰ ਲੈ ਜਾਂਦੀ ਇਹਨਾਂ ਨੂੰ ਕਿਉਂ ਮੈਂ ਇਹ ਗੱਲ ਸਵਾਲ ਭਗਵੰਤ ਮਾਨ ਦੇ ਘੜੀ ਰੱਖਦਾ ਵੀ ਪੰਜਾਬ ਦਾ ਮਾਹੌਲ ਸਭ ਤੋਂ ਵੱਧ ਜੇ ਖਰਾਬ ਕਰ ਰਿਹਾ ਤਿੰਨ ਚਾਰ ਗੰਜੇ ਆ ਤੇ ਦੋ ਚਾਰ ਪੰਜ ਜਿਹੜੇ ਸਾਡੇ ਸਿੱਖ ਵੀ ਹੋਣਗੇ ਭਾਵੇਂ ਉਹ ਸਿੱਖਿਆ ਭਾਵੇਂ ਹਿੰਦੂ ਆ ਮੁਸਲਮਾਨ ਐਸਾਈ ਆ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਉਹਨਾਂ ਬੰਦਿਆਂ ਤੇ ਬਣਦੀ ਕਾਰਵਾਈ ਕਰੇ ਕਿਉਂਕਿ ਸਿੱਖਾਂ ਨੂੰ ਕਰਨ ਦੀ ਲੋੜ ਹੀ ਨਾ ਪਵੇ ਜੇ ਅੱਜ ਉਹਨਾਂ ਬੰਦਿਆਂ ਨੇ ਕੀਤਾ ਉਹ ਸਭੀ ਖਰਾਬ ਹੋਈ ਉਹਦੇ ਨਾਲ ਬਹੁਤੀ ਵਧੀਆ ਨਹੀਂ ਹੋਈ ਜੇ ਉਹ ਬੰਦੇ ਉਹਨੂੰ ਵੰਗਾਰ ਕੇ ਦੱਸ ਦੇ ਵੀ ਐਨੇ ਤਰ੍ਹਾਂ ਨੂੰ ਆਵਾਂਗੇ ਤਗੜਾ ਆ ਜੀ ਫੇਰ ਤੇ ਲੋਕਾਂ ਨੇ ਵੀ ਕਹਿਣਾ ਯਾਰ ਖਾਲਸਾ ਆਇਆ ਖਾਲਸਾ ਚੜ੍ਹ ਕੇ ਆਇਆ ਖਾਲਸੇ ਨੇ ਬਰ ਰੋਦੀ ਨੂੰ ਮੌਕਾ ਦਿੱਤਾ ਵੀ ਤੂੰ ਜਿਹਨੂੰ ਸਦਰਾਂ ਸਾਦਲਾ ਹੁਣ ਜਦੋਂ ਆਪ ਖਾਲਸਾ ਨੇ ਹੱਥੇ ਦੇ ਵਾਰ ਕਰ ਦੂਗਾ ਤਾਂ ਸਾਡੀ ਸ਼ਬੀ ਖਰਾਬ ਹੋਣੀ ਆ ਇਹ ਸ਼ੈਤਰ ਯਾਰ ਨੇ ਹੱਥਿਆਂ ਦੇ ਥੋੜਾ ਵਾਰ ਕਰਨ ਮਾਤੇ ਆ ਇਹ ਸ਼ੈਤਰ ਸਾਨੂੰ ਇੱਕ ਰਕ ਦਿੱਤੇ ਆ ਵੀ ਗਰੀਬ ਦੀ ਰੱਖਿਆ ਕਰਨੀ ਤੇ ਜ਼ਾਲਮ ਦਾ ਸਿਰ ਲਾਉਣਾ ਵੀ ਜ਼ਾਲਮ ਨੂੰ ਵੀ ਸਿਰ ਜ਼ਾਲਮ ਦਾ ਵੀ ਸਿਰ ਲਾਉਣ ਤੋਂ ਪਹਿਲਾਂ ਉਹਨੂੰ ਵੰਗਾਰਿਆ ਜਾਂਦਾ ਵੀ ਤਕੜਾ ਹੋ ਜਾ ਹੁਣ ਸ਼ੇਰ ਦਾ ਸ਼ਿਕਾਰ ਕਰਨ ਮਾਤੇ ਜਾਂਨੇ ਪਹਿਲੇ ਸ਼ੇਰ ਨੂੰ ਵੰਗਾਰਦੇ ਆ ਵੀ ਆ ਜਾ ਇਹ ਤੇਰੇ ਸਾਹਮਣੇ ਆ ਗਏ ਵੀ ਜਾਂ ਤੂੰ ਨਹੀਂ ਫਜਾਹੀ ਨਹੀਂ ਫਿਰ ਸ਼ਿਕਾਰ ਕਰਦੇ ਆ ਹੁਣ ਪੰਜਾਬ ਦਾ ਜਿਹੜਾ ਮਾਹੌਲ ਹੈ ਸਭ ਤੋਂ ਵੱਧ ਖਰਾਬ ਮੈਂ ਕਹਿ ਸਕਦਾ ਸਰਕਾਰ ਹੀ ਕਰਵਾ ਰਹੀ ਹੈ ਜੀ ਜੇ ਸਰਕਾਰ ਚਾਵੇ ਇਹ ਤਿੰਨ ਚਾਰ ਗੰਗੇ ਜੇ ਇਹਨਾਂ ਨੂੰ 6-6 ਮਹੀਨੇ ਵਾਸਤੇ ਅੰਦਰ ਸੁੱਟੇ ਬਾਕੀ ਜਿਹੜੇ ਬੋਲਦੇ ਸ਼ਿਵਸਨ ਵਾਲੇ ਉਹ ਵੀ ਚੁੱਪ ਕਰ ਜਾਣਗੇ ਸਰਕਾਰ ਹੀ ਇਸ ਮੈਂ ਕਹਿ ਸਕਦਾ ਨਕਮੀ ਕਾਰਵਾਈ ਉਹਨਾਂ ਦੀ ਜੀ ਆ ਜਿਮੀ ਸਿੰਘ ਸਾਹਿਬ ਇਹ 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 ਗੱਲ ਆਪਾਂ ਕਰ ਰਹੇ ਆ ਇੱਥੇ ਸਖਸ਼ੀਤਾ ਨੇ ਤੁਸੀਂ ਗੱਲ ਕੀਤੀ ਹੈ ਕਿ ਚਾਰ ਪੰਜ ਸਿੱਖ ਪੰਥ ਦੇ ਵਿੱਚ ਵੀ ਨੇ ਜਿਹੜੇ ਸ਼ਾਇਦ ਦੁਕਾਨਦਾਰੀ ਚਲਾ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਜਦੋਂ ਚੋਣਾ ਹੋਇਆ ਅਮਰਤਾਪਾਲ ਸਿੰਘ ਜੁਨੇ ਜੇਤੂਕਰਾਰ ਹੋਏ ਉਧਰ ਜਿਵੇਂ ਸਰਜੀ ਸਿੰਘ ਖਾਲਸਾ ਜੇਤੂਕਰਾਰ ਹੋਏ ਉਹਨਾਂ ਦੇ ਉੱਪਰ ਲੋਕਾਂ ਦੇ ਵੱਲੋਂ ਯਕੀਨ ਕੀਤਾ ਗਿਆ ਲੋਕਾਂ ਨੇ ਵੋਟ ਰੂਪੀ ਵੀ ਉਹਨਾਂ ਨੂੰ ਪਿਆਰ ਦਿੱਤਾ ਤੇ ਪਹਿਲਾਂ ਵੀ ਜਿਵੇਂ ਵਹੀਰਾ ਉਹਨਾਂ ਦੇ ਵੱਲੋਂ ਘਟੀਆਂ ਗਈਆਂ ਸੀ ਉਹ ਸਾਰੀ ਚੀਜ਼ ਦੇ ਵਿੱਚ ਵੀ ਸਾਥ ਦਿੱਤਾ ਗਿਆ ਹੁਣ ਉਹਨਾਂ ਦੀਆਂ ਕਾਰਗੁਜ਼ਾਰੀਆਂ ਨੂੰ ਕਿਵੇਂ ਵੇਖਦੇ ਹੋ ਖਡੂਰ ਸਾਹਿਬ ਹਲਕੇ ਦੇ ਵਿੱਚ ਲੋਕਾਂ ਦੇ ਵੱਲੋਂ ਜਿਵੇਂ ਮਣਾਮੂਹੀ ਉਹਨਾਂ ਨੂੰ ਵੋਟਾਂ ਪਾਈਆਂ ਗਈਆਂ ਉਹ ਸਾਰੀ ਸਥਿਤੀ ਨੂੰ ਕਿਵੇਂ ਵੇਖਦੇ ਹੋ ਕਿ ਉਹਨਾਂ ਦੇ ਜਿੱਤਣ ਦਾ ਕੋਈ ਫਾਇਦਾ ਸਿੱਖ ਪੰਥ ਨੂੰ ਹੋਣ ਵਾਲਾ ਹੈ ਕਿ ਨਹੀਂ ਵੇਖੋ ਮੈਂ ਇੱਕ ਬੇਨਤੀ ਕਰਦਾ ਤੁਹਾਨੂੰ ਆਈਮਿਤਪਾਲ ਸਿੰਘ ਜਿੱਤੇ ਆ ਸਾਡੇ ਵੱਲੋਂ ਵਧਾਈਆਂ ਭਾਈ ਸਰਬਜੀਤ ਸਿੰਘ ਜਿੱਤੇ ਆ ਬਹੁਤ ਖੁਸ਼ੀ ਦੀ ਗੱਲ ਆ ਸਿੱਖ ਪੰਥ ਨੇ ਨਾ ਚਾਹੁੰਦਿਆਂ ਵੀ ਵੋਟਾਂ ਪਾਉਣੀਆਂ ਸੀ ਕਿਉਂਕਿ ਪੰਥ ਦਾ ਸਿਰ ਨਹੀਂ ਨੀ ਮਾਉਣ ਦੇਣਾ ਉਹਦੇ ਵਿੱਚ ਭਾਵੇਂ ਸ਼ੇਰ ਗੇਲ ਖਰੋਜੇ ਉਹ ਪੰਥ ਵਾਲੋ ਖਲੋਤਾ ਨਾ ਇੱਕ ਲਹਿਰ ਆ ਤੇ ਲਹਿਰ ਦਾ ਕੋਈ ਸਾਹਮਣਾ ਨਹੀਂ ਕਰ ਸਕਦਾ ਇਸ ਕਰਕੇ ਉਹਨੇ ਜਿੱਤ ਯਕੀਨੀ ਹੁਣ ਜੇ ਲੋਕਾਂ ਨੇ ਯਕੀਨ ਕੀਤਾ ਤੇ ਵੋਟਾਂ ਪਾ ਕੇ ਕਾਮਯਾਬ ਕੀਤਾ ਹੁਣ ਤੁਸੀਂ ਇਸ ਟਾਈਮ ਵੇਖੋ ਪੰਜਾਬ ਦੇ ਵਿੱਚ ਜਿਹੜੇ ਬੰਦੇ ਨਾਲ ਤੁਰੇ ਉਹਨਾਂ ਤੇ ਪਰਚੀ ਹੋਈ ਅੱਜ ਜੇ ਭਾਈ ਅਮਰਤਪਾਲ ਸਿੰਘ ਜੀ ਬਾਹਰ ਆ ਜਾਂਦੇ ਆ ਤੇ ਮੈਨੂੰ ਇਸ ਗੱਲ ਦਾ ਕੋਈ ਦਾਵਾ ਨਹੀਂ ਵੀ ਮੈਨੂੰ ਕੋਈ ਲਿਖ ਕੇ ਦਵੇ ਵੀ ਬਾਕੀ ਬੰਦੇ ਵੀ ਆਉਣਗੇ ਹੂੰ ਬਾਕੀਆਂ ਦੀ ਕੋਈ ਆਸ ਨਹੀਂ ਹੈਗੀ ਹੂੰ ਹੁਣ ਜਿਹੜੇ ਬਾਜੇਗੇ ਮੰਤਰੀ ਵਰਗੇ ਆ ਉਹਨਾਂ ਵਿਚਾਰਿਆਂ ਨੇ ਕਿਹੜੀਆਂ ਡਾਂਗਾਂ ਚੁੱਕੀਆਂ ਜਾਂ ਕਿਤੇ ਬੰਬ ਚਲਾਏ ਕਲਸੀ ਵਰਗੇ ਉਹਨਾਂ ਨੇ ਨਾਲ ਹੀ ਤੁਰੇ ਉਹਨਾਂ ਕਿਹੜਾ ਕੁਝ ਬੋਲਿਆ ਉਹਨਾਂ ਦਾ ਕੋਈ ਕਸੂਰ ਨਹੀਂ ਆ ਸਿਰਫ ਇੱਕ ਨਾਲ ਤੁਰਨ ਦੇ ਨਾਲ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਮੈਨੂੰ ਦੋ ਲੋਕਾਂ ਨੇ ਕਿਹਾ ਤੂੰ ਵਿਰੋਧੀ ਆ ਮੈਂ ਉਹਨਾਂ ਦੇ ਨਾਲ ਚ ਇਹ ਗੱਲ ਕਹੀ ਸੀ ਵੀ ਕੰਮ ਹੋ ਕਰੋ ਜਿਹਦਾਂ ਪੰਜਾਬ ਦਾ ਵਿਕਾਸ ਹੋਵੇ ਹੂੰ ਅੱਜ ਅਹੀਂ ਇਹ ਗੱਲ ਕਹਿੰਦੇ ਆਂ ਵੀ ਜਿਹੜੇ ਤੋਂ ਵਹੀਰ ਦੀ ਗੱਲ ਕੀਤੀ ਮੈਂ ਉੱਥੇ ਲੈ ਕੇ ਆਉਣਾ ਚਾਹੁੰਦਾ ਤੁਹਾਨੂੰ ਜਦੋਂ ਆਪਾਂ ਕਿਸਾਨੀ ਧਰਨੇ ਲਾਏ ਸੀ ਆਪਾਂ ਜਿੱਤ ਗਏ ਲੋਕ ਕਹਿੰਦੇ ਇਹ ਜਿੱਤ ਗਏ ਮੈਂ ਕਹਿੰਦਾ ਤੁਸੀਂ ਹਾਰ ਗਏ ਕਰੋੜਾਂ ਰੁਪਈਆ ਦਾ ਤੁਸੀਂ ਨੁਕਸਾਨ ਕਰ ਦਿੱਤਾ ਹੁਣ ਆਨੰਦਪੁਰ ਸਾਹਿਬ ਨੂੰ ਜਾਣੇ ਆਪਾਂ ਲੰਗਰ ਲਾਉਨੇ ਆ ਕਿੰਨੇ ਕਰੋੜਾਂ ਰੁਪਈਆ ਦਾ ਲੰਗਰ ਚੱਲਦਾ ਹੁਣ ਤੁਸੀਂ ਉਸ ਚੀਜ਼ ਤੇ ਕਦੇ ਵਿਚਾਰ ਕਰਕੇ ਵੇਖੀ ਵੀ ਸਿੱਖ ਪੰਥ ਦੇ ਕੋਲ ਚੰਗਾ ਤੇ ਸਕੂਲ ਨਹੀਂ ਕੋਈ ਨਾ ਇਹਨਾਂ ਕੋ ਕੋ ਚੰਗਾ ਹਸਪੀਟਲ ਆ ਜਿਹਦੇ ਵਿੱਚ ਆਪਣੇ ਇਲਾਜ ਕਰਾ ਸਕਣ ਤੇ ਜਿਹਦੇ ਵਿੱਚ ਆਪਣੀ ਇਲਾਜ ਨੂੰ ਚੰਗਾ ਪੜਾ ਸਕਣ ਉਹ ਇਹਨਾਂ ਕੋਲ ਨਹੀਂ ਹੈਗਾ ਕੱਲੇ ਲੰਗਰ ਲਾਉਣ ਵਾਸਤੇ ਨਹੀਂ ਸਾਨੂੰ ਮਾਰੇ ਨੇ ਆਖ ਕੇ ਢਿੱਡ ਭਰ ਕੇ ਢਿੱਡ ਭਧਾਈ ਜਾਓ ਖਾਈ ਜਾਓ ਤੇ ਸੌਂਈ ਜਾਓ ਮਾਰੇ ਨੇ ਬੀਹਾਂ ਦਾ ਲੰਗਰ ਗਿਆਨ ਦਾ ਲੰਗਰ ਲਾਇਆ ਉਹ ਉਹ ਕਹਿੰਦਾ ਢਿੱਡ ਭਰਨ ਵਾਲਾ ਲੰਗਰ ਨਹੀਂ ਆਇਆ ਉਹਨਾਂ ਨਾਲ ਗੁਰਮਤਾ ਕੀਤੀ ਵਿਚਾਰਾਂ ਕੀਤੀਆਂ ਉਹਦੇ ਵਿੱਚੋਂ ਗਿਆਨ ਨੂੰ ਹਾਸਲ ਕੀਤਾ ਇਹ ਲੰਗਰ ਲਾ ਕੇ ਮੈਂ ਹੁਣ ਇਹ ਨਹੀਂ ਕਹਿੰਦਾ ਵੀ ਲੰਗਰ ਨਾ ਲਾਓ ਲੰਗਰ ਲਾਓ ਜਿੱਥੇ ਲੋੜ ਆ ਉਥੇ ਇੱਕ ਅੱਧਾ ਲੰਗਰ ਚਲਾਓ ਏ ਥੋੜਾ ਵੀ ਹੁਣ 10 ਪਿੰਡ ਆ 10 ਪਿੰਡ ਹੀ ਲੰਗਰ ਲਾ ਦਿੰਦੇ ਆ ਇੱਕ ਪਿੰਡ ਲੰਗਰ ਲਾਓ ਬਾਕੀ ਜਿਹੜੇ ਉਹ ਮਾਇਆ ਇਕੱਠੀ ਕਰਕੇ ਕੋਈ ਚੰਗਾ ਹਸਪੀਟਲ ਬਣਾਓ ਕੋਈ ਚੰਗਾ ਸਕੂਲ ਬਣਾਓ ਆਪਣੇ ਇਲਾਕੇ ਦੇ ਵਿੱਚ ਕਿ ਤੁਸੀਂ ਆਪਣੀ ਜਵਾਨੀ ਨੂੰ ਸਾਂਭ ਸਕੋ ਜੇ ਭਾਈ ਅਮਿਤਪਾਲ ਸਿੰਘ ਨੇ ਜੇ ਜੱਤੇ ਆ ਤਾਂ ਮੈਂ ਇਹ ਗੱਲ ਕਹਿਣਾ ਜੇ ਉਹ ਬਾਹਰ ਆਉਣਗੇ ਤੇ ਮੈਂ ਇਹੋ ਬੇਨਤੀ ਕਰਦਾ ਵੀ ਭਰਾਵਾ ਤੇਰੀ ਗਾੜੀ ਜੋੜੇ ਹੱਥ ਪੰਜਾਬ ਦਾ ਵਿਕਾਸ ਤਾਂ ਹੀ ਹੋ ਸਕਦਾ ਜੇ ਚੰਗਾ ਸਕੂਲ ਹੋਵੇ ਚੰਗਾ ਹਸਪੀਟਲ ਹੋਵੇ ਐਮਪੀ ਆ ਉਹਦੇ ਕੋਲ ਪਾਵਰ ਹੈਗੀ ਆ ਵੀ ਜੇ ਮਤਲਬ ਸਾਢੇ 4 ਲੱਖ ਲੋਕ ਉਹਦੇ ਨਾਲ ਆ ਤੇ ਮੇਰੇ ਹਿਸਾਬ ਨਾਲ ਸਾਢੇ 4 ਲੱਖ ਜਿਹੜੇ ਲੋਕ ਹਜ਼ਾਰ-ਹਜ਼ਾਰ ਰੁਪਿਆ ਪਾਉਣ ਤੇ ਕੋਈ ਵੱਡੀ ਗੱਲ ਨਹੀਂ ਹੈਗੀ ਇੱਕ ਵਾਰੀ ਸ਼ੁਰੂਆਤ ਕਰਨ ਦੀ ਲੋੜ ਆਪਾਂ ਨੂੰ ਸਕੂਲ ਵੀ ਬਣ ਜਾਣਾ ਤੇ ਹਸਪੀਟਲ ਵੀ ਬਣ ਜਾਣਾ ਅਸੀਂ ਕਿਹੜਾ ਯਾਰ ਉੱਥੇ ਜਾ ਕੇ ਚੇਅਰਮੈਨ ਬਣਨਾ ਸਾਨੂੰ ਤੇ ਇਹ ਆ ਵੀ ਪੰਜਾਬ ਦਾ ਵਿਕਾਸ ਕਰੋ ਅੱਜ ਦੇ ਸਮੇਂ ਦੇ ਵਿੱਚ ਹੁਣ ਵੇਖੋ ਭਾਈ ਐਮਿਤਪਾਲ ਸਿੰਘ ਦੇ ਨਾਲ ਢਾਡੀ ਵੀ ਗਏ ਪ੍ਰਚਾਰਕ ਵੀ ਗਏ ਉਹਨਾਂ ਲੰਮਾ ਸਮਾਂ ਨਾਲ ਸਾਥ ਵੀ ਦਿੱਤਾ ਪਰ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਈ ਜਿਹੜੇ ਨਾਲ ਵੀ ਰਹੇ ਉਹਨਾਂ ਨੂੰ ਦਿੱਤਾ ਤਾਂ ਕੁਝ ਵੀ ਨਹੀਂ ਹੂੰ ਤੇਲ ਪੱਲਿਓਂ ਪਾ ਕੇ ਗਿਆ ਬਹੀਰ ਦੀ ਗੱਲ ਕੀਤੀ ਮੈਂ ਉੱਥੇ ਲੈ ਕੇ ਆਉਣਾ ਹੂੰ ਬਹੀਰਾਂ ਤੇ ਆਪਾਂ ਚੱਲੇ ਜੀ ਹੁਣ ਤੁਸੀਂ ਉਹ ਜਿਹੜਾ ਤੇਲ ਫੂਕਿਆਗਾ ਕਿਹੇ ਕੰਮ ਆਇਆ ਹੂੰ ਅਮਰਤ ਛਕਾਉਣ ਵਾਸਤੇ ਇੱਕ ਜਗ੍ਹਾ ਵੀ ਛਕਾ ਸਕਦੇ ਆ ਆਪਾਂ ਜੀ ਆਪਾਂ ਦਮਦਮਾ ਸਾਹਿਬ ਚੁੰਡ ਸਕਦੇ ਆ ਆਪਾਂ ਸੱਚਗੰਨ ਸ੍ਰੀ ਹਰਮੰਦਰ ਸਾਹਿਬ ਚੁੰਡ ਸਕਦੇ ਆ ਕਾਲ ਤਖਤ ਸਾਹਿਬ ਜਾ ਸਕਦੇ ਆ ਆਪਾਂ ਅਨੰਦਪੁਰ ਸਾਹਿਬ ਜਾ ਸਕਦੇ ਆ ਹਾਂ ਇੱਕ ਜਗ੍ਹਾ ਦੇ ਉੱਤੇ ਆਪਾਂ ਸਾਰੇ ਇਕੱਤਰ ਕਰ ਸਕਦੇ ਪੰਥ ਨੂੰ ਆਪਾਂ ਕਹਿ ਸਕਦੇ ਆ ਵੀ ਭਾਈ ਆ ਪਿੰਡ ਜਿਹੜਾ ਇਸ ਵਾਰ ਇੱਥੇ ਪਹੁੰਚੇ ਜਦੋਂ ਉਹ ਪਿੰਡ ਦੀ ਵਾਪਸੀ ਹੋ ਜੇਂਦੀ ਦੂਜੇ ਦਿਨ ਦੂਜਾ ਪਿੰਡ ਪਹੁੰਚ ਜਾਵੇ ਉਹ ਜ਼ਰੂਰੀ ਨਹੀਂ ਆਪਾਂ ਮ ਲੱਖਾਂ ਕਰੋੜਾਂ ਰੁਪਈਆ ਤੇਲ ਫੂਕ ਕੇ ਤੇ ਫੇਰ ਹੀ ਆਪਾਂ ਮਤਲਬ ਕੀ ਪੰਥ ਦੀ ਚੜ੍ਹਦੀ ਕਲਾ ਕਰ ਸਕਦੇ ਆ ਰਹੀ ਗੱਲ ਅੰਮ੍ਰਿਤ ਛਕਣ ਦੀ ਜਿੰਨਾ ਅੰਮ੍ਰਿਤ ਛਕਣਾ ਉਹਨਾਂ ਉਹ ਬਹੀਰ ਚ ਜਾਣ ਜਾਂ ਨਾ ਜਾਣ ਉਹਨਾਂ ਨੂੰ ਅੰਦਰੋਂ ਰੰਗ ਚੜਦਾ ਜਦੋਂ ਅੰਦਰੋਂ ਫੁਰਨਾ ਫੁਰਦਣਾ ਨਾ ਤੇ ਜਿਹੜਾ ਬੰਦਾ ਆਪਾਂ ਅੱਜ ਨਜ਼ਰ ਨਾਲ ਵੇਖਦੇ ਵੀ ਯਾਰ ਬੰਦਾ ਵੜਾ ਮਾੜਾ ਜਿੱਦਨ ਉਹਨੂੰ ਰੰਗ ਚੜ ਜਾਂਦਾ ਉਹ ਸਾਡੇ ਨਾਲੋਂ ਕਈ ਮਤਲਬ ਕਾਬਲ ਬੰਦਾ ਪੈਦਾ ਤਿਆਰ ਹੁੰਦਾ ਉਹ ਪੰਥਵਾਦ ਤੇ ਖੜਦਾ ਵੀ ਆ ਤੇ ਮਰਦਾ ਵੀ ਆ ਅੱਜ ਦੇ ਸਮੇਂ 'ਚ ਲੋਕ ਕਹਿੰਦੇ ਆ ਵੀ ਮੰਥਲੀ ਖੜਾਂਗੇ ਪਰ ਖੜਦੇ ਨਹੀਂ ਅੱਜ ਤੁਹਾਡੇ ਤੇ ਭੀੜ ਬਣ ਗਈ ਤੁਹਾਡੇ ਮਗਰ ਨਹੀਂ ਕਹਿੰਦੇ ਜਾਣਾ ਕਿਉਂਕਿ ਮੈਂ ਇਨਾ ਰਾਵਾਂ 'ਚ ਲੰਘ ਚੁੱਕਾ ਜੇਲ੍ਹ ਵੀ ਕੱਟ ਲਈ ਸੀ ਸਟਾਪ ਵੀ ਚਲ ਗਿਆ ਮੈਨੂੰ ਇਹ ਦੱਸੋ ਪੰਥ ਰਹਿੰਦਾ ਕਿੱਥੇ ਆ ਗੁਰੂ ਤੋਂ ਬਿਨਾਂ ਤਾਂ ਕੋਈ ਮਦਦ ਨਹੀਂ ਕਰਦਾ ਕੋਈ ਨਾਲ ਨਹੀਂ ਖੜਦਾ ਜਿਹੜੇ ਪੰਥ ਦੀ ਦਿਵਾਈ ਪਾਉਨੇ ਆ ਵੀ ਇਹ ਪੰਥ ਨਾਲ ਖੜਾ ਉਹ ਤੇ ਪੰਥ ਨਜ਼ਰ ਹੀ ਨਹੀਂ ਆਉਂਦਾ ਕਦੇ ਉਹ ਸਿਰਫ ਪੰਥ ਰਹਿ ਗਿਆ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੀਆਂ ਵੱਡੀਆਂ ਕੋਠੀਆਂ ਵੱਡੀਆਂ ਕਾਰਾਂ ਵੱਡੀਆਂ ਉਹਨਾਂ ਦੀਆਂ ਫੋਟੋਆਂ ਲੱਗੀਆਂ ਉਹ ਕਹਿੰਦੇ ਜੀ ਹਮ ਖਾਲਿਸਤਾਨ ਬਣਾਏਗੇ ਆਪਣੀ ਧਰਤੀ ਕੋ ਪਾਕਿਸਤਾਨੀ ਸਿੱਧਾ ਕੈਨੇਡਾ ਅਮਰੀਕਾ ਪਹੁੰਚਾਏਗੇ ਹਨ ਉਹਨਾਂ ਲੋਕਾਂ ਵਾਸਤੇ ਇਹ ਲੋਕ ਜਿਹੜੇ ਮਾਇਆ ਇਕੱਠੀ ਕਰਕੇ ਉਹਨਾਂ ਨੂੰ ਭੇਜਦੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਲੋਕ ਅੱਜ ਖਾਲਸਾਤਾਨ ਦਾ ਨਾਂ ਰਹਿ ਆ ਨਾਂ ਲੈ ਨਾਂ ਲੈ ਕੇ ਮਾਇਆ ਇਕੱਠੀ ਕਰਦੇ ਪਏ ਆ ਕੋਠੀਆਂ ਕਾਰਾਂ ਬਣਾ ਲਈਆਂ ਧੀਪੋਤ ਆਪਣੇ ਤੇ ਬਾਹਰ ਭੇਜਦੇ ਇੱਥੇ ਕਹਿੰਦੇ ਖਾਲਸਾਤਾਨ ਬਣਾਉਣਾ ਉਹਨਾਂ ਦੀਆਂ ਕੁਰਸੀਆਂ ਕਦੇ ਚੁੱਕ ਕੇ ਵੇਖੋ ਹਜ਼ਾਰਾਂ ਸਿੱਖਾਂ ਦੀ ਲਾਸ਼ਾਂ ਦੇ ਉੱਤੇ ਕੁਰਸੀ ਢਾਹ ਕੇ ਬੈਠੇ ਆ ਇਹ ਕਿਹਨਾਂ ਦੀ ਗੱਲ ਕਰ ਰਹੇ ਹੋ ਜੇਕਰ ਤੁਸੀਂ ਸਿੱਧਾ ਨਾਮ ਲੈ ਕੇ ਗੱਲ ਕਰੋ ਤਾਂ ਕਿਹਨਾਂ ਵੇਖੋ ਮੇਰੀ ਗੱਲ ਸੁਣੋ ਜਿੰਨੇ ਪੰਜਾਬ ਦੇ ਵਿੱਚ ਖ ਉਹ ਉਹਨਾਂ ਦੇ ਵਿੱਚੋਂ ਆਪਾਂ ਸਿੱਧਾ ਸਿਮਰਜੀਤ ਸਿੰਘ ਮਾਨ ਤੇ ਚੱਲਦੇ ਹਾਂ ਸਿਮਰਜੀਤ ਸਿੰਘ ਮਾਨ ਦੇ ਨਾਲ ਰਹਿਣ ਵਾਲੇ ਸਿੱਖਾਂ ਨੇ ਕਿੰਨੀਆਂ ਨੇ ਕੁਰਬਾਨੀਆਂ ਕੀਤੀਆਂ ਭਈ ਕੀ ਗੱਲ ਉਹ ਜਿਹੜੇ ਉਹਨਾਂ ਦੇ ਨਾਲ ਰਹਿ ਕੇ ਜਿਨ੍ਹਾਂ ਨੇ ਆਪਣੇ ਆਪ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਉਹਨਾਂ ਦੇ ਘਰਾਂ ਦੀ ਸਾਰ ਲਈ ਕਿਹਨੇ ਉਹਨਾਂ ਦੇ ਘਰ ਨੂੰ ਪੁੱਛਿਆ ਕਿਹਨੇ ਜਾ ਕੇ ਵੀ ਤੁਹਾਡਾ ਪੁੱਤ ਇੱਥੇ ਸ਼ਹੀਦ ਹੋ ਗਿਆ ਸਾਡੇ ਵਾਸਤੇ ਤੁਹਾਡਾ ਪੁੱਤ ਇੱਥੇ ਸੱਟ ਲਵਾ ਕੇ ਬਹਿ ਗਿਆ ਕਿ ਸਿਮਰਜੀਤ ਸਿੰਘ ਮਾਨ ਨੇ ਘਰ ਜਾ ਕੇ ਪਤਾ ਲਿਆ ਕਿਸੇ ਦਾ ਕਿਸੇ ਦਾ ਪਤਾ ਨਹੀਂ ਲਿਆ ਹੋਰ ਕੋਈ ਜਥੇਬੰਦੀ ਜਿੰਨੀਆਂ ਵੀ ਜਥੇਬੰਦੀਆਂ ਮੈਂ ਸਾਰੀਆਂ ਨੂੰ ਇਹ ਗੱਲ ਕਹਿਣਾ ਜਿੰਨੀਆਂ ਵੀ ਬੰਦੀਆਂ ਜਿਹੜੇ ਆਪ ਬੰਦੇ ਆ ਆਪਣੇ ਆਪ ਨੂੰ ਇਹ ਗੱਲ ਕਹਿੰਦੇ ਵੀ ਅਸੀਂ ਖਾਲਸਾਤਨ ਦੇ ਵਾਰਿਸ ਆ ਉਹਨਾਂ ਨੇ ਜਾ ਕੇ ਉਹਨਾਂ ਵੀਰਾਂ ਦੇ ਘਰਾਂ 'ਚ ਜਾ ਕੇ ਪਤਾ ਲਿਆ ਜਿਹੜੇ ਬੰਦੇ ਸਿੱਖ ਆ ਜਿਨ੍ਹਾਂ ਨੇ ਨੰਮਾ ਸਮਾ ਨਾਲ ਸਾਧ ਦਿੱਤਾ ਉਹਨਾਂ ਦੇ ਘਰਾਂ ਦੇ ਵਿੱਚ ਅੱਜ ਮੁਸੀਬਤਾਂ ਆ ਗਈਆਂ ਅੱਜ ਕਈਆਂ ਤੇ ਕਈ ਇਦਾਂ ਦੇ ਆ ਵੀ ਜਿਨ੍ਹਾਂ ਨੇ ਸੰਘਰਸ਼ ਕੀਤਾ ਉਹ ਉਹਨਾਂ ਦੇ ਦਰਵਾਜ਼ੇ ਵੀ ਬੰਦ ਆ ਕਰੂ ਭਕਾਰ ਹੋਇਆ ਜੀ ਪੁਲਿਸ ਦੇ ਡਰ ਤੋਂ ਵੇਖੋ ਜਿੰਨੇ ਬੰਦੇ ਨੇ ਆਗੂ ਬਣਨਾ ਇੱਕ ਗੱਲ ਯਾਦ ਰੱਖੋ ਬਾਬੇ ਜਰਨੈਲ ਸਿੰਘ ਦੀ ਰੀਸ ਤੇ ਕਰਦੇ ਆਪਾਂ ਲੇਕਿਨ ਬਾਬੇ ਜਰਨੈਲ ਸਿੰਘ ਦੀ ਜਿਹੜੀ ਗੱਲ ਸੀ ਨਾ ਜਿੱਦਣ ਉਹ ਅਕਾਲ ਤਖਤ ਸਾਹਿਬ ਆ ਗਿਆ ਉਹਨੇ ਆਪਣੇ ਪਰਿਵਾਰ ਨੂੰ ਤਿਆਗ ਕੇ ਪੰਜ ਸਿੰਘਾਂ ਦੇ ਨਾਲ ਗੁਰਮਤਾ ਕੀਤਾ ਵੀ ਬਾਬਾ ਜਰਨੈਲ ਸੀ ਜਿੱਥੇ ਵੀ ਗੱਲ ਕਰਦਾ ਸੀ ਪੰਜ ਸਿੰਘ ਤਿਆਰ ਬਰ ਤਿਆਰ ਖੜਦੇ ਸੀ ਅੱਜ ਕਿਹੜਾ ਜਰਨੈਲ ਮੈਨੂੰ ਦੱਸੋ ਵੀ ਜਿਹੜਾ ਆਪਣੇ ਪਰਿਵਾਰ ਨਾਲ ਗੱਲ ਕਰਦਾ ਹੋਵੇ ਤੇ ਪੰਜ ਸਿੰਘ ਤਿਆਰ ਬਰ ਤਿਆਰ ਖੜੇ ਹੋਣ ਅੱਜ ਜਿਹੜਾ ਆਗੂ ਬਣਦਾ ਉਹ ਆਪਣੀ ਜਨਾਨੀ ਨਾਲ ਅੰਦਰ ਗੱਲ ਕਰਨ ਦੇ ਆਉਂਦਾ ਤੇ ਪੰਜ ਸਿੰਘ ਬਾਹ ਹੁਣ ਦੱਸੋ ਫਿਰ ਕਿਹੜਾ ਜਰਨੈਲ ਬਾਬੇ ਜਰਨੈਲ ਸਿੰਘ ਵਰਗਾ ਬਣ ਜੂ ਕੋਈ ਬਾਬੇ ਜਰਨੈਲ ਸਿੰਘ ਨੂੰ ਹਿੰਦੂ ਵੀ ਪੂਜਦੇ ਆ ਜੀ ਉਹ ਕਹਿੰਦੇ ਮਰਦ ਹੀ ਉਹ ਮੈਂ ਕਈ ਹਿੰਦੂਆਂ ਦੀਆਂ ਵੀਡੀਓ ਵੇਖੀਆਂ ਉਹ ਕਹਿੰਦੇ ਯਾਰ ਉਹ ਮਰਦ ਸੀ ਉਹ ਜੋ ਗੱਲ ਕਹਿੰਦਾ ਸੀ ਉੱਤੇ ਖੜਦਾ ਸੀ ਯਾਰ ਸਾਡੇ ਵਾਲਿਆਂ ਤੇ ਸ਼ਭੀ ਖਰਾਬ ਕਰਕੇ ਸੁੱਟਦੀ ਜੋ ਇਹਨਾਂ ਨੇ ਵਚਨ ਕੀਤੇ ਉੱਤੇ ਖੜਦੇ ਹੀ ਨਹੀਂ ਪਾਪਾ ਜੀ ਇੱਕ ਇਹ ਵੀ ਚੀਜ਼ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੀ ਕਾਰਵਾਈ ਹੁੰਦੀ ਵੇਖੀ ਹੋਣੀ ਆ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਭਰਾ ਜਿਹੜੇ ਨੇ ਉਹ 4 ਗ੍ਰਾਮ ਆਇਸ ਡਰੱਗ ਦੇ ਨਾਲ ਗ੍ਰਫਤਾਰ ਹੋਏ ਨੇ ਉਹਨਾਂ ਦਾ ਪਰਿਵਾਰ ਕਹਿ ਰਿਹਾ ਕਿ ਉਹ ਤਾਂ ਨਸ਼ਾ ਕਰਦਾ ਅੱਜ ਜੋ ਡੋਪ ਟੈਸਟ ਦੇ ਵਿੱਚ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਪਾਈਆਂ ਗਈਆਂ ਨੇ ਉਹਨਾਂ ਦੇ ਬਲੱਡ ਸੈਂਪਲ ਜਿਹੜੇ ਲਏ ਗਏ ਉਸ ਦੇ ਵਿੱਚ ਪਾਇਆ ਗਿਆ ਕਿ ਇਹਨਾਂ ਨੇ ਨਸ਼ਾ ਕੀਤਾ ਹੈ ਉਹ ਸਥਿਤੀਆਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਸਿੱਖ ਪੰਥ ਨੂੰ ਜਿਹੜਾ ਅੱਕੀ ਘਟਾ ਪਾਇਆ ਜਾ ਰਿਹਾ ਇਹ ਕਹਿ ਕੇ ਕਿ ਇਹ ਨਸ਼ਾ ਨਹੀਂ ਕਰਦਾ ਸੀ ਬਹੁਤ ਸਾਰੇ ਲੋਕਾਂ ਦੀਆਂ ਹੁਣ ਅੰਦਰ ਖਾਤੇ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹ ਕਹਿੰਦੇ ਕਿ ਖਾਲਸਾ ਵਹੀਰ ਜਦੋਂ ਘੱਤੀ ਗਈ ਸੀ ਉਸ ਵਕਤ ਵੀ ਇਹਨਾਂ ਨੂੰ ਉਰੇ ਪਰੇ ਕਰਕੇ ਰੱਖਿਆ ਗਿਆ ਸੀ ਉਸ ਵਕਤ ਵੀ ਨਸ਼ੇ ਦਾ ਸੇਵਨ ਕਰਦੇ ਸੀ ਤੁਹਾਨੂੰ ਕੀ ਲੱਗਦਾ ਹੈ ਪਰਿਵਾਰ ਦੇ ਬਦੋਂ ਇਹ ਚੀਜ਼ਾਂ ਕਿਉਂ ਕੀਤੀਆਂ ਜਾ ਰਹੀਆਂ ਵੇਖੋ ਮੈਂ ਇਹ ਗੱਲ ਕਹਿਣਾ ਕਿ ਵੇਖੋ ਭਾਈ ਅਮਿਤਪਾਲ ਸਿੰਘ ਐਸ ਟਾਈਮ ਜੇ ਮਨ ਲਓ ਪੰਥ ਨੇ ਚੜ੍ਹਦੀ ਕਲਾ ਕੀਤੀ ਆ ਸਰਕਾਰ ਦੀ ਕੋਈ ਨਾ ਕੋਈ ਨੀਤੀ ਹੁੰਦੀ ਜਿਹਦੇ ਨਾਲ ਸ਼ਭੀ ਖਰਾਬ ਕੀਤੀ ਜਾਵੇ ਮੈਨੂੰ ਇਸ ਗੱਲ ਨਾਲ ਨਹੀਂ ਕੋਈ ਵੀ ਹਰਪ੍ਰੀਤ ਸਿੰਘ ਨਸ਼ਾ ਕਰਦਾ ਕਿ ਨਹੀਂ ਕਰਦਾ ਉਹਨਾਂ ਦੇ ਮਾਪਿਓ ਕਹਿ ਰਹੇ ਆ ਵੀ ਹਾਂ ਵੀ ਉਹ ਨਹੀਂ ਕਰਦਾ ਵੇਖੋ ਜਦੋਂ ਕਿਸੇ ਇਨਸਾਨ ਦੀ ਕੋਈ ਤਸਵੀਰ ਦੁਨੀਆ ਦੇ ਸਾਹਮਣੇ ਪੇਸ਼ ਪੇਸ਼ ਹੋ ਜਾਂਦੀ ਨਾ ਸਤਕਾਰ ਕਰਦੀ ਦੁਨੀਆ ਦਾ ਉਹਨੂੰ ਮੱਥਾ ਟੇਕਣ ਤੇ ਮਜਬੂਰ ਹੋ ਜਾਂਦੇ ਦੁਨੀਆ ਉਹਦੀ ਸ਼ਬੀ ਨੂੰ ਖਰਾਬ ਕਰਨ ਮਤ ਸਰਕਾਰਾਂ ਸਮੇਂ-ਸਮੇਂ ਤੇ ਚਾਲ ਚੱਲਦੀਆਂ ਰਹੀਆਂ ਹੁਣ ਰਹੀ ਗੱਲ ਆਪਾਂ ਕਿਹਾ ਪਿਓ ਨਸ਼ਾ ਕਰਦਾ ਕਿ ਨਹੀਂ ਕਰਦਾ ਕਰਦਾ ਵੇ ਸਾਨੂੰ ਕੀ ਸਾਡੀ ਜਿਹੜੀ ਦੌੜਿਆ ਉਹ ਭਾਈ ਅਮਰਤਪਾਲ ਸਿੰਘ ਤੱਕ ਆ ਸਾਡੀ ਉਹਦੇ ਪਿਓ ਦੇ ਨਾਲ ਮਤਬਲ ਨਹੀਂ ਪਿਓ ਦਾ ਪਿਓ ਕੀ ਕਰਦਾ ਉਹਦੀ ਮਾਂ ਕੀ ਕਰਦੀ ਉਹਦੀ ਭੈਣ ਕੀ ਕਰਦੀ ਉਹਦਾ ਭਰਾ ਕੀ ਕਰਦਾ ਉਹਦੇ ਨਾਲ ਮਤਬਲ ਨਹੀਂ ਸਾਡੀ ਸ਼ਰਵਾਦ ਭਾਈ ਅਮਰਤਪਾਲ ਸਿੰਘ ਤੇ ਹੋਣੀ ਚਾਹੀਦੀ ਤੇ ਭਾਈ ਅਮਰਤਪਾਲ ਸਿੰਘ ਤੇ ਹੀ ਖਤਮ ਹੋਣੀ ਚਾਹੀਦੀ ਹੈ ਇਹ ਤਾਂ ਮਤਲਬ ਇਹ ਨਹੀਂ ਪਿਆਜੋ ਬੰਦਾ ਫੜਿਆ ਗਿਆ ਇਹ ਅਮਰਤਪਾਲ ਨੂੰ ਤੁਸੀਂ ਮਾੜਾ ਕਹੋਗੇ ਕਿਦਾਂ ਕਹੋਗੇ ਤੁਸੀਂ ਗਲਤੀ ਮੈਂ ਕੀਤੀ ਆ ਮੇਰੇ ਪਿਓ ਦਾ ਕੀ ਕਸੂਰ ਆ ਜਾਂ ਮੇਰੇ ਭਰਾ ਦਾ ਕੀ ਕਸੂਰ ਆ ਜੇ ਗਲਤੀ ਮੈਂ ਕੀਤੀ ਆ ਉਹਦੀ ਗਲਤੀ ਦੀ ਸਜ਼ਾ ਮੈਨੂੰ ਮਿਲਣੀ ਚਾਹੀਦੀ ਆ ਮੇ ਨਾ ਕਿ ਮੇਰੇ ਪਰਿਵਾਰ ਨੂੰ ਮਿਲਣੀ ਚਾਹੀਦੀ ਆ ਮੈਂ ਇਹ ਗੱਲ ਕਹਿਣਾ ਵੇਖੋ ਜੇ ਤੁਸੀਂ ਨਾਰਿਆਂ ਚ ਬਹੀਰਾ ਚ ਰਹਿ ਕੇ ਵੀ ਲੋਕ ਨਾਲ ਉਹਨਾਂ ਦੇ ਤੁਰਕੇ ਵੀ ਅੱਜ ਉਹਨਾਂ ਨੂੰ ਬਦਨਾਮ ਕਰਦੇ ਮੈਂ ਕਈ ਵਾਰ ਮਣਕੀ ਸਾਹਿਬ ਨੂੰ ਇਹ ਗੱਲ ਕਹਿੰਦਾ ਮੈਂ ਬਹੁਤ ਚੰਗਾ ਰਿਆਂ ਵੀ ਮੈਂ ਬਹੀ ਰਚ ਨਹੀਂ ਤੁਰਿਆ ਹੁਣ ਕਈਆਂ ਨੇ ਕਮੈਂਟ ਕਰਨੇ ਵੀ ਯਾਰ ਤੇਰੇ ਲੋੜ ਵੀ ਕੀ ਸੀ ਪਰ ਮੈਂ ਕਹਿੰਦਾ ਮੈਂ ਆਪਣੇ ਆਪ ਨੂੰ ਬਹੁਤ ਚੰਗਾ ਸਮਝਦਾ ਮੈਂ ਨਹੀਂ ਤੁਰਿਆ ਤੇ ਕਿਉਂ ਨਾ ਕਿਉਂ ਨਹੀਂ ਤੁਰਿਆ ਕਿਉਂਕਿ 도ਗਲੇ ਲੋਕ ਬਹੁਤ ਸੀ ਵਿੱਚ ਅੱਜ ਉਹ 도ਗਲੇ ਪੁੰਗਰ ਕੇ ਵੀ ਆਏ ਉਹਨਾਂ ਨੇ ਕਿਹਾ ਜੀ ਅਸੀਂ ਆਪ ਵੇਖਿਆ ਅਮਰਤਪਾਲ ਨਸ਼ਾ ਵੇਚਦਾ ਅਮਰਤਪਾਲ ਉਹ ਕਰਦਾ ਨਸ਼ਾ ਦਿੰਦਾ ਸੀ ਲੋਕਾਂ ਨੂੰ ਹਨਾ ਵੀ ਵੀਰ ਦੇ ਵਿੱਚ ਪੈਸੇ ਇਕੱਠੇ ਕਰਕੇ ਬਣਦਾ ਸੀ ਯਾਰ ਮੈਂ ਨਹੀਂ ਇਹ ਗੱਲ ਮੰਨਦਾ ਵੇਖੋ ਭਾਵੇਂ ਉਹਦਣਾ ਮੇਰੀ ਵਿਚਾਰ ਰਲਦੇ ਹੁਣ ਜਾਂ ਨਾਂ ਰਲਦੇ ਹੁਣ ਪਰ ਮੈਂ ਇਸ ਗੱਲ ਨੂੰ ਕਹਿੰਦਾ ਮੈਂ ਦਾਅਵਾ ਕਰ ਸਕਦਾ ਵੀ ਯਾਰ ਅਮਰਪਾਲ ਸਿੰਘ ਨਸ਼ਾ ਨਹੀਂ ਕਰਦਾ ਲੋਕੀ ਕਹਿੰਦੇ ਤੂੰ ਲੋਕਾਂ ਦਾ ਕਿੰਤੂ ਇਹ ਹੈ ਬਾਬਾ ਜੀ ਉਹ ਕਹਿੰਦੇ ਕਿ ਲੋਕਾਂ ਨੂੰ ਨਸ਼ਾ ਛਡਾਉਣ ਦੀ ਗੱਲ ਕਹਿੰਦੇ ਨੇ ਨੌਜਵਾਨਾਂ ਨੂੰ ਅਸੀਂ ਨਸ਼ੇ ਤੋਂ ਪਾਸੇ ਕਰਨਾ ਹੈ ਨੌਜਵਾਨਾਂ ਨੂੰ ਅਸੀਂ ਮੋੜ ਘਰ ਵਾਪਸੀਆਂ ਕਰਵਾਉਣੀਆਂ ਨੇ ਸਿੱਖ ਪੰਥ ਦੇ ਵਿੱਚ ਉਹ ਕਹਿੰਦੇ ਘਰ ਦੇ ਵਿੱਚ ਵੇਖਿਆ ਹੀ ਨਹੀਂ ਗਿਆ ਜੇਕਰ ਆਈਸ ਡਰੱਗ ਦੀ ਗੱਲ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਨਸ਼ਾ ਨਹੀਂ ਕਰਦਾ 4 ਗ੍ਰਾਮ ਦੀ ਜਗ੍ਹਾ ਪੁਲਿਸ 40 ਗ੍ਰਾਮ ਵੀ ਬਣਾ ਸਕਦੀ ਸੀ 400 ਗ੍ਰਾਮ ਵੀ ਬਣਾ ਸਕਦੀ ਸੀ ਤੇ 4 ਕਿਲੋ ਵੀ ਬਣਾ ਸਕਦੀ ਸੀ ਸਾਰਾ ਤੰਤਰ ਸੀ ਪਰ ਪੁਲਿਸ ਦੇ ਵੱਲੋਂ 4 ਗ੍ਰਾਮ ਹੀ ਕਿਉਂ ਰੱਖਿਆ ਗਿਆ ਇਹ ਵੀ ਵੱਡ ਹੰਦਰ ਸੁਟਣਾ ਕਿ ਇਸ ਨੂੰ ਕੇਸ ਪਾ ਕੇ ਲੰਬੇ ਸਮੇਂ ਬਾਅਦ ਜਿੱਦਾਂ ਹੁਣ ਭਾਈ ਅਮਿਤਪਾਲ ਸਿੰਘ ਉਹਨਾਂ ਨੂੰ ਉਧਰ ਸੁਟਿਆ ਉਹਨਾਂ ਨਾਲ ਸਾਹਮਣੇ ਵਿੱਚ ਜੇ ਉਹਨਾਂ ਪੱਕਾ ਉਹਨੂੰ ਮਤਲਬ ਸੁਟਣਾ ਹੁੰਦਾ ਫਿਰ ਉਹਨਾਂ ਵੱਧ ਪਾਉਣੀ ਸੀ ਮੈਂ ਇਹ ਨਹੀਂ ਕਹਿੰਦਾ ਵੀ ਉਹਦੇ ਕੋਈ ਨਾਂ ਫੜੀ ਗਈ ਹੋਵੇ ਅੱਜ ਇਨਸਾਨ ਦਾ ਕਿਸੇ ਦਾਵਾ ਨਹੀਂ ਕਰ ਸਕਦੇ ਮੈਂ ਆਪਣੇ ਆਪ ਦਾ ਦਾਵਾ ਨਹੀਂ ਕਰ ਸਕਦਾ ਮੈਂ ਔਲਾਦ ਦਾ ਕਿ ਦਾਵਾ ਕਰੂੰਗਾ ਵੀ ਵੇਖੋ ਔਲਾਦ ਘਰ ਦੇ ਵਿੱਚ ਚਾਰ ਮੈਂਬਰ ਹੁੰਦੇ ਉਹਨਾਂ ਦੇ ਵੱਖੋ ਵੱਖਰੇ ਵਿਚਾਰ ਹੁੰਦੇ ਆ ਹੋ ਸਕਦਾ ਕੋਈ ਉਹਦੇ ਚ ਕਮੀ ਹੋਵੇ ਮੈਂ ਨਹੀਂ ਦਾਵਾ ਕਰਦਾ ਵੀ ਹਾਂ ਵੀ ਉਹ ਬਿਲਕੁਲ ਸੱਚਾ ਜਦੋਂ ਮੇਰੇ ਚ ਕਮੀਆਂ ਤਾਂ ਮੈਂ ਕਿਹ ਇਨਸਾਨ ਚ ਕਿਦਾਂ ਵੇਖ ਸਕਦਾ ਹਨਾ ਗੱਲ ਇਹ ਆ ਵੀ ਮੈਂ ਇੱਥੇ ਲਿਆਉਣਾ ਚਾਹੁੰਨਾ ਭਾਈ ਅਮਰਪਾਲ ਸਿੰਘ ਦੇ ਨਾਲ ਜਿੰਨੇ ਵੀ ਤੁਰੇ ਹਨ ਜੇ ਅੱਜ ਐਂਟੀ ਲੋਕ ਉਹਦੇ ਤੇ ਟਿੱਪਣੀ ਕਰਨ ਦਾ ਮੌਕਾ ਮਿਲਿਆ ਸ਼ਭੀ ਖਰਾਬ ਕਰਨ ਤੇ ਅੱਜ ਸਰਕਾਰ ਦਾ ਪੂਰਾ ਜੋਰ ਆ ਕਿਉਂਕਿ ਜਿੰਨੀ ਬੋਰਡ 4.5 ਲੱਖ ਦੇ ਲਗਭਗ ਪਾਈ ਅਮਰਪਾਲ ਸਿੰਘ ਨੂੰ ਪੈ ਗਈ ਆ ਇਸ ਸਮੇਂ ਦੀ ਸਰਕਾਰ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਆ ਜੇ ਇਹ ਤੇ ਹੁਣ ਸਰਕਾਰ ਜੇ ਚਾਵੇ ਤੇ ਇਸ ਇੱਕ ਪੰਥ ਦਾ ਪਿਆਰ ਲੈਣ ਵਾਸਤੇ ਦੁਬਾਰਾ ਉਹਨੂੰ ਭਾਈ ਅਮਰਪਾਲ ਸਿੰਘ ਨੂੰ ਰਿਹਾ ਕਰੇ ਤੇ ਉਹਨੂੰ ਸਨਮਾਨ ਦੇ ਨਾਲ ਵਾਪਸ ਲੈ ਕੇ ਆਵੇ ਪੰਜਾਬ ਜੀ ਫਿਰ ਇਹਦੇ ਵਿੱਚ ਭਲਾ ਫਿਰ ਲੋਕ ਜਿਹੜੇ ਜਿਨ੍ਹਾਂ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਇਸ ਟਾਈਮ ਨਫਰਤ ਆ ਹੋ ਸਕਦਾ ਭਗਵੰਤ ਮਾਣੂ ਦੁਬਾਰਾ ਮੌਕਾ ਦੇਣ ਪਰ ਉਹ ਮੌਕਾ ਦੁਬਾਰਾ ਤਾਂ ਮਿਲਣਾ ਜੇ ਭਾਈ ਅਮਰਪਾਲ ਸਿੰਘ ਇਕੱਲਾ ਨਹੀਂ ਉਹਦੇ ਨਾਲ ਜਿੰਨੇ ਵੀ ਸਾਡੇ ਭਰਾ ਉਥੇ ਜੇਲ੍ਹ ਦੇ ਵਿੱਚ ਸਾਰੇ ਰਿਹਾਉਣੇ ਚਾਹੀਦੇ ਆ ਜੇ ਉਹਨਾਂ ਦੀ ਸਜ਼ਾ ਬਾਕੀ ਯਾਰ ਪੰਜਾਬ ਚ ਜੇਲਾ ਮੁੱਕ ਗਿਆ ਲੌਰੈਂਸ ਵਰਗਿਆਂ ਨੂੰ ਪੰਜਾਬ ਚ ਲਿਆ ਸਕਦੇ ਤੇ ਕੀ ਗੱਲ ਇਹ ਹੈ ਕਿ ਕਿਹੜੇ ਯਾਰ ਵੱਡੇ ਅੱਤਵਾਦੀ ਆ ਵੀ ਬਹੁਤ ਵੱਡੇ ਗੈਂਗਸਟਰ ਆ ਵੀ ਇਹਨਾਂ ਬੰਬ ਸੁੱਟਣੇ ਆ ਪੰਜਾਬ ਦੀ ਜੇਲ੍ਹ ਚ ਲਿਆ ਉਹ ਜਿੱਥੇ ਆਪਣੇ ਭੈਣ ਭਰਾਵਾਂ ਨੂੰ ਆਪਾਂ ਮਿਲ ਸਕੀਏ ਭਗਵੰਤਮਾਨ ਵੀ ਯਾਰ ਆਪਣੇ ਭਰਾਵਾ ਆਪਣੇ ਆਪਣੇ ਘਰਾਂ ਦੇ ਵਿੱਚੋਂ ਹੀ ਆ ਉਹਨੂੰ ਇਸ ਗੱਲ ਤੇ ਵਿਚਾਰ ਕਰਨੀ ਚਾਹੀਦੀ ਆ ਵੀ ਯਾਰ ਆਪਣਿਆਂ ਨਾਲ ਦੁਸ਼ਮਣੀ ਨਹੀਂ ਕਮਾਈ ਦੀ ਆਪਣਾ ਵੀ ਤੇਰੇ ਵੀ ਸਿਰ ਤੇ ਪਾਗ ਆ ਉਹਦੇ ਸਿਰ ਤੇ ਵੀ ਪਾਗ ਗਿਆ ਉਹ ਬਾਣਾ ਪਾ ਕੇ ਗੁਰੂ ਦਾ ਸਿੱਖੀ ਦਾ ਪ੍ਰਚਾਰ ਕਰਦਾ ਕਈ ਵਾਰ ਜ਼ਿੰਦਗੀ ਝੂਣਤਾਂੀਆਂ ਆਉਂਦੀਆਂ ਕਮੀਆਂ ਆਉਂਦੀਆਂ ਜਿੱਦਣ ਹਰ ਬੰਦੇ ਦੇ ਵਿੱਚ ਇੱਕ ਕਮੀ ਹੁੰਦੀ ਤੁਹਾਡੇ ਵਿੱਚ ਵੀ ਮੇਰੇ ਵਿੱਚ ਵੀ ਹਨ ਜਿੱਦਣ ਉਹ ਕਮੀ ਨਿਕਲ ਜਾਂਦੀ ਆ ਉਸ ਦਿਨ ਸਮਝ ਲਓ ਬੰਦਾ ਰਾਬੀ ਆ ਤੇ ਜਦ ਉਹ ਕਮੀ ਜਦੋਂ ਨਿਕਲਦੀ ਆ ਉਸ ਦਿਨ ਸੁਆਸ ਪੂਰੀ ਹੋ ਜਾਂਦੇ ਆ ਜੇ ਉੰਨੀ ਕੀ ਕੋਈ ਕਮੀ ਹੈ ਵੀ ਆ ਤੇ ਉਹਨੂੰ ਕਮੀ ਨੂੰ ਅਣ ਦੇਖਿਆ ਕਰਕੇ ਆਪਾਂ ਸਿੱਖ ਪੰਥ ਦੀ ਜਿਹੜੀ ਲਹਿਰ ਬਣ ਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਲੋਕ ਤੁਰੇ ਆ ਉਹਨਾਂ ਨੂੰ ਤੁਰਨਾ ਚਾਹੀਦਾ ਵਾ ਇਸ ਕਰਕੇ ਅੱਜ ਉਹਨਾਂ ਦੇ ਮਾਤਾ ਪਿਤਾ ਦੀ ਸਪੋਰਟ ਕਰਨ ਦੀ ਸਾਨੂੰ ਲੋੜ ਆ ਮੈਂ ਪਹਿਲਾਂ ਦੱਸਿਆ ਮੈਂ ਨਹੀਂ ਜਾਂਦਾ ਜੀ ਪਰ ਮੇਰੇ ਵਿਚਾਰ ਜਿੱਥੇ ਚੰਗਿਆਈ ਆ ਉਥੇ ਖੜੇ ਆ ਚੰਗਿਆਈ ਵਾਸਤੇ ਭਾਵੇਂ ਸ਼ੇਰਗਿਲ ਤੁਰੇ ਉਹਦੇ ਨਾਲ ਵੀ ਖੜੇ ਆ ਆਪਾਂ ਤੇ ਭਾਵੇਂ ਅਮਿਤਪਾਲ ਸਿੰਘ ਤੁਰੇ ਤੇ ਭਾਵੇਂ ਉਹ ਹਰਪ੍ਰੀਤ ਸਿੰਘ ਤੁਰੇ ਆਪਾਂ ਸੱਚ ਦੇ ਨਾਲ ਆ ਜਿੰਨਾ ਪੰਜਾਬ ਦਾ ਵਿਕਾਸ ਕਰਨਾ ਜਿਹੜੇ ਪੰਜਾਬ ਨੂੰ ਨਸ਼ਾ ਮੁਕਤ ਕਰਨਗੇ ਇੱਕ ਮੈਂ ਤੁਹਾਡੇ ਰਹੀਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਪੰਜਾਬ ਨੂੰ ਜੀ ਵੀਰ ਆਪਾਂ ਇਹ ਗੱਲ ਕਹੀ ਜਾਂਦੇ ਆ ਵੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਜਿਹੜੇ ਡੀਲਰ ਆ ਉਹਨਾਂ ਨੂੰ ਕਿੱਦਾਂ ਖਤਮ ਕਰ ਦੋਗੇ ਉਹਨਾਂ ਨੂੰ ਛੱਡੋ ਆਪਣੇ ਆਪ ਨੂੰ ਅੰਦਰੋਂ ਪੈਦਾ ਕਰੋ ਤੁਸੀਂ ਆਪ ਨਸ਼ੇ ਛੱਡੋ ਜੀ ਜਦੋਂ ਨਸ਼ੇ ਖਾਣ ਵਾਲੇ ਨਸ਼ਾ ਮੁਕਤ ਹੋ ਜਾਣਗੇ ਨਾ ਉਦੋਂ ਪੰਜਾਬ ਮੁਕਤ ਹੋ ਜਾਊਗਾ ਜੇ ਤੁਸੀਂ ਆਖੋ ਡੀਲਰਾਂ ਨੂੰ ਖਤਮ ਕਰ ਦੋਗੇ ਇੱਕ ਨੂੰ ਮਾਰੋਗੇ ਦੂਜਾ ਫਿਰ ਪੈਦਾ ਹੋਣਾ ਅੱਜ ਪਿੰਡਾਂ ਦੇ ਵਿੱਚ ਘਟੂ ਘੜ 10 ਦਾ ਡੀਲਰ ਆ ਮੈਨੂੰ ਇਸ ਗੱਲ ਦਾ ਮਾਣ ਆ ਮਾਰੇ ਤੋਂ ਡਰ ਕੇ ਕਹਿੰਦਾ ਸਾਡੇ ਇਸ ਪਿੰਡ ਦੇ ਵਿੱਚ ਕੋਈ ਬੰਦਾ ਚਿੱਟਾ ਨਹੀਂ ਲਾਉਂਦਾ ਕੋਈ ਟੀਕਾ ਨਹੀਂ ਲਾਉਂਦਾ ਮਲੇ ਚਾਰਦੀ ਕਲਾ ਕੋਈ ਸਾਡੇ ਇਸ ਇਲਾਕੇ ਦੇ ਵਿੱਚ ਸਾਡੇ ਨਗਰ ਦੇ ਵਿੱਚ ਕੋਈ ਚਿੱਟਾ ਵੇਚਦਾ ਨਹੀਂ ਆ ਆ ਬਾਬ ਕਾਲਾ ਸਾਹਿਬ ਇਤਿਹਾਸਿਕ ਸਥਾਨ ਆ ਉਧਰ ਚਲਜੋ ਚਿੱਟਾ ਵਿਗਦਾ ਆ ਬਿਆ ਚਲਜੋ ਹੋਰ ਇਲਾਕੇ ਚਲਜੋ ਹਰ ਪੱਕ ਦੀ ਵਿੱਚ ਲੋਕ ਟੀਕੇ ਲਾ ਰਹੇ ਨਸ਼ੇ ਕਰਦੇ ਪਏ ਆ ਪਰ ਮੈਨੂੰ ਇਸ ਪਿੰਡ ਦੇ ਉੱਤੇ ਆਪਣੇ ਦੇ ਮਾਨ ਆ ਕੋਈ ਇੱਥੇ ਲੋਕ ਜਿਹੜੇ ਨਸ਼ਾ ਨਸ਼ਾ ਕਰਦੇ ਹੋਣਗੇ ਪਰ ਬਹੁਤ ਘੱਟ ਆ ਜੀ ਚੰਗੇ ਇਮਾਨਦਾਰ ਲੋਕ ਆ ਧਰਮੀ ਲੋਕ ਆ ਗੁਰੂ ਘਰ ਬਣਿਆ ਇੱਥੇ ਐ ਸਮੇਂ ਸਿਰ ਸਾਰਾ ਇੱਕ ਗੁਰੂ ਘਰ ਬਣਿਆ ਵੇਖੋ ਕੋਈ ਸਮਾਗਮ ਹੁੰਦਾ ਹਰ ਵਰਗ ਦਾ ਬੰਦਾ ਉੱਥੇ ਜਾਂਦਾ ਬਹੁਤ ਵੱਡਾ ਸਮਾਗਮ ਮਨਾਇਆ ਜਾਂਦਾ ਤੇ ਮਤਲਬ ਜਿੱਦਾਂ ਇਹ ਕਹਿੰਦੇ ਆ ਵੀ ਜਿੰਨਾ ਚਿਰ ਅਸੀਂ ਆਪ ਨਸ਼ਾ ਨਾ ਛੱਡਦੇ ਹੋਣਾ ਚਾਹੀਦਾ ਉਹਨਾਂ ਚਿਰ ਪੰਜਾਬ ਤੋਂ ਨਸ਼ਾ ਮੁਕਤ ਨਹੀਂ ਹੋ ਸਕਦਾ ਇਸ ਕਰਕੇ ਆਪਾਂ ਨੂੰ ਹੀ ਸੁਧਰਨਾ ਪੈਣਾ ਜਿੰਨੇ ਚਿਰ ਆਪਾਂ ਨਹੀਂ ਸੁਧਰਦੇ ਆਪਾਂ ਉਹਨਾਂ ਉਹਨਾਂ ਕੋ ਕੀ ਲੈਣਾ ਆਪਾਂ ਇਹ ਰੋਲਾ ਪਾਈ ਜਾਨੇ ਭਗਵੰਤ ਮਾਨ ਨੇ ਚਿੱਟਾ ਵਕਾਤਾ ਦੂਜੇ ਨੇ ਚਿੱਟਾ ਵਕਾਤਾ ਤੀਜੇ ਨੇ ਵਕਾਤਾ ਯਾਰ ਉਹਨਾਂ ਦਾ ਕੰਮ ਆ ਵੇਚਣਾ ਸਾਡਾ ਕੰਮ ਆ ਖਰੀਦਣਾ ਠੇਕੇ ਤੇ ਸ਼ਰਾਬ ਇੱਕ ਦੀ ਠੇਕੇ ਵਾਲੇ ਘਰ ਤੋਂ ਆਉਂਦੇ ਆ ਸ਼ਰਾਬ ਲੈਣ ਮਾਤੇ ਇਹੀ ਜਾਣੇ ਆ ਸਾਨੂੰ ਤਲਬ ਲੱਗਦੀ ਆ ਤੇ ਯਾਰ ਜਦੋਂ ਤੁਸੀਂ ਚਿੱਟੇ ਦੀ ਗੱਲ ਕਰਦੇ ਚਿੱਟੇ ਵਾਲਿਆਂ ਦੇ ਤਰਲੇ ਤੁਸੀਂ ਕਰਦੇ ਆ ਵੀ ਸਾਨੂੰ ਦੇ ਕੇ ਜਾਓ ਇਹ ਕਰੀ ਆਪਣਾ ਮਨ ਬਣਾ ਕੇ ਗੁਰੂ ਦੇ ਚਰਨਾਂ ਚ ਅਰਦਾਸ ਕਰਕੇ ਵਹਿਜੋ ਮਾਬਾ ਰੱਖ ਲਾ ਤੇਰੇ ਆ ਹਣ ਮਾਰ ਲਾ ਰੱਖ ਲਾ ਤੇਰੀਆਂ ਮੈਂ ਦਾਵਾ ਕਰਦਾ ਯਾਰ ਜੇ ਮੌਤ ਦੇ ਮੂੰਹ ਚੋ ਗੁਰੂ ਨਾਨਕ ਸਾਹਿਬ ਕੱਢ ਸਕਦੇ ਸਾਨੂੰ ਤੇ ਕੀ ਗੱਲ ਨਸ਼ੇ ਦੀ ਦਲਦਲ ਚੋਂ ਨਹੀਂ ਕੱਢ ਸਕਦੇ ਇੱਕ ਵਾਰੀ ਗੁਰੂ ਦੇ ਬਣ ਕੇ ਦੇ ਵੇਖੀਏ ਗੁਰੂ ਦੇ ਕਹਿੰਦਾ ਇੱਕ ਕਦਮ ਤੋਰ ਮੈਂ ਕਰੋੜਾ ਕਦਮ ਲੈਣ ਵਾਤੇ ਆਉਂਗਾ ਉਹ ਤੇ ਘੋੜੇ ਦੀਆਂ ਵਾਗਾਂ ਫੜ ਕੇ ਆਪ ਲੈ ਕੇ ਜਾਂਦਾ ਗੱਲ ਗੁਰੂ ਦੇ ਘਰ ਨੂੰ ਤੋਰਨ ਦੀ ਗੱਲ ਆ ਇੱਥੇ ਬੜੇ ਬੜੇ ਨਸ਼ ਗੁਰੂ ਦੇ ਬਣ ਕੇ ਤੁਸੀਂ ਪਹਿਚਾਨ ਨਹੀਂ ਸਕਦੇ ਉਹ ਬਾਣਾ ਪਾ ਕੇ ਰੱਬ ਰੱਬ ਕਰਦੇ ਆ ਸਾਡੇ ਨਾਲੋਂ ਉਹਨਾਂ ਦਾ ਪੱਕਾ ਨਿਤਨੇਮ ਆ ਢਾਈ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਉਹਨਾਂ ਦਾ ਪੱਕਾ ਤੇ ਜਿੰਨਾ ਉਹ ਬਾਣੀ ਪੜ੍ਹਦੇ ਆ ਜਿੰਨਾ ਉਹ ਸਿਮਰਨ ਕਰਦੇ ਉਹ ਤਾਂ ਮੇਰੇ ਹਿਸਾਬ ਦੇ ਨਾਲ ਸਾਡੇ ਬਾਣੇ ਵਾਲੇ ਵੀ ਨਹੀਂ ਕਰਦੇ ਮਾਬੇ ਦੋ ਸਵਾਲ ਨੇ ਮੇਰੇ ਇੱਕ ਸਵਾਲ ਤਾਂ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਸਰਜੀਤ ਸਿੰਘ ਖਾਲਸਾ ਹੋਰਾਂ ਦੇ ਵੱਲੋਂ ਪਿਛਲੇ ਦਿਨੀ ਸੰਬੋਧਨ ਕੀਤਾ ਗਿਆ ਇੱਕ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਸਿਆਸੀ ਧਿਰ ਅਸੀਂ ਨਵੀਂ ਖੜੀ ਕਰਾਂਗੇ ਸਿੱਖ ਪੰਥ ਇੱਕ ਝੰਡੇ ਦੇ ਹੇਠ ਆਵੇ ਕਿ ਪਹਿਲਾਂ ਜਿਹੜੀ ਸਿਆਸੀ ਧਿਰ ਬਣੀ ਹੋਈ ਹੈ ਉਹਦੇ ਵੱਲੋਂ ਊਣਤਾਈਆਂ ਰੱਖੀਆਂ ਗਈਆਂ ਉਹਨਾਂ ਦੇ ਵੱਲੋਂ ਜਿਹੜੀਆਂ ਕਾਰਵਾਈਆਂ ਸੀ ਉਹਦੇ ਵਿੱਚ ਕਮੀ ਖਾਮੀ ਰੱਖੀ ਗਈ ਨਵੀਂ ਧਿਰ ਬਣਾਉਣ ਦੇ ਪਿੱਛੇ ਵਜਾ ਕੀ ਸਮਝਦੇ ਹੋ ਕਿ ਉਹਨਾਂ ਦੇ ਵੱਲੋਂ ਵੀ ਉਸੇ ਤਰੀਕੇ ਸਲਿੱਕੇ ਦੇ ਨਾਲ ਫੇ ਪੰਜਾਬ ਦੇ ਲੋਕਾਂ ਦੇ ਨਾਲ ਜਿਹੜਾ ਉਹਨਾਂ ਨੂੰ ਸੰਬੋਧਨ ਕੀਤਾ ਜਾਣਾ ਜਾਂ ਫਿਰ ਉਹਨਾਂ ਦੇ ਪੱਖ ਦੀ ਗੱਲ ਉਸੇ ਤਰੀਕੇ ਸਲਿੱਕੇ ਦੇ ਕਹਿੰਦੀ ਚਾਹੀਦੀ ਆ ਕਿ ਆਪਾਂ ਪਾਰਟੀਆਂ ਬਣਾਈਆਂ ਜਾਣੀਆਂ ਨੇ ਹੁਣ ਕਿੰਨੀਆਂ ਪਾਰਟੀਆਂ ਬਣ ਗਈਆਂ ਹਨਾ ਅੱਜ ਤੁਸੀਂ ਵੇਖੋ ਮੌਕਾ ਪ੍ਰਸਤ ਲੋਕ ਜਿਹੜੇ ਕਦੇ ਸੁਖਵੀਰ ਸਿੰਘ ਬਾਦਲ ਦੇ ਨਾਲ ਖੜੇ ਸੀ ਨਾ ਜੀ ਉਹਨੂੰ ਭਾਈਆ ਭਾਈਆ ਕਹਿੰਦੇ ਫਿਰਦੇ ਸੀ ਹੈ ਤੇ ਹਰਸਿਮਰਤ ਕੌਰ ਨੂੰ ਭੈਣ ਭੈਣ ਕਰਦੇ ਫਿਰਦੇ ਕਰਦੇ ਸੀ ਨਾ ਲੋਕ ਅੱਜ ਉਹਨਾਂ ਦੇ ਨਾਲ ਰਹਿਣ ਵਾਲੇ ਅੱਜ ਅਕਾਲ ਤਖਤ ਸਾਹਿਬ ਖੜ ਕੇ ਗੱਲ ਕਹਿ ਰਿਹਾ ਇਹਨਾਂ ਕੋਲ ਬਹੁਤ ਵੱਡੀਆਂ ਬੱਜਰ ਕਰੈਤਾ ਹੋਈਆਂ ਇਹਨਾਂ ਦਾ ਬਾਈਕਾਰਡ ਕਰ ਦੇਣਾ ਚਾਹੀਦਾ ਹੈ ਮੈਂ ਉਹਨਾਂ ਨੂੰ ਇਹ ਸਵਾਲ ਕਰਦਾ ਪੀ ਜਿੱਦਣ ਪਹਿਲਾਂ ਤੁਸੀਂ ਉਹਦੇ ਫੁੱਫੜ ਦੇ ਨਾਲ ਤੁਰੇ ਫਿਰਦੇ ਸੀ ਉਦੋਂ ਨਹੀਂ ਤੁਹਾਨੂੰ ਪਤਾ ਵੀ ਇਹਨਾਂ ਨੇ ਬੱਜਰ ਕਰਾਇਰ ਕੀਤੀ ਐ ਇਹਨਾਂ ਸਰਸੀ ਵਾਲੇ ਨੂੰ ਮਾਫੀ ਦਵਾਈ ਐ ਮਾਫ ਕੀਤਾ ਇਹਨਾਂ ਨੇ ਉਦੋਂ ਨਹੀਂ ਤੁਹਾਨੂੰ ਪਤਾ ਅੱਜ ਤੁਹਾਨੂੰ ਕਿਵੇਂ ਚੇਤਾ ਆ ਗਿਆ ਕਿਉਂਕਿ ਉਹ ਸਿਆਸੀ ਤਰ੍ਹਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਜੇ ਮੰਨ ਲਓ ਭਾਈ ਅਮਿਤਪਾਲ ਸਿੰਘ ਦੇ ਮਗਰ ਸਾਢੇ 4 ਲੱਖ ਬੰਦਾ ਖੜ ਗਿਆ ਸਾਢੇ ਮਗਰ ਵੀ ਖੜ ਜਾਣਾ ਤੇ ਸਾਨੂੰ ਇਹ ਪੰਥ ਇਹ ਪੰਥ ਦੇ ਯਾਰ ਇਹ ਮੈਂ ਕਹਿ ਸਕਦਾ ਮਹਾਰਾਜ ਨੇ ਨਾ ਸਿੱਖ ਨੂੰ ਬੜਾ ਭੋਲਾਇਆ ਬਣਾਇਆ ਜਜ਼ਬਾਤਾਂ ਨਾ ਖੇਡਿਆ ਜਾਂਦਾ ਕਿਉਂਕਿ ਜਿਹੜਾ ਸਿੱਖ ਆ ਨਾ ਇੱਕ ਬਾਦਸ਼ਾਹ ਕੰਨਾਂ ਦਾ ਕੱਚਾ ਹੁੰਦਾ ਹਾਂ ਆ ਰਾਜਾ ਕੰਨਾਂ ਦਾ ਕੱਚਾ ਹੁੰਦਾ ਤੇ ਮਹਾਰਾਜ ਨੇ ਰਾਜੇ ਦਾ ਰੂਪ ਦਿੱਤਾ ਉਹ ਜਦੋਂ ਰਾਜੇ ਦੇ ਕੰਨ 'ਚ ਆਵਾਜ਼ ਪੈਂਦੀ ਉਹਨੂੰ ਲੱਗਦਾ ਹੋ ਸਕਦਾ ਇਹ ਸੱਚ ਹੀ ਹੋਵੇ ਜਿਹੜੇ ਖਾਂ ਏ ਖਾਲਸੇ ਪੰਥ ਦਾ ਹਿੱਸਾ ਬਣੇ ਲੋਕ ਨੇ ਇਹਨਾਂ ਨੂੰ ਪਿਆਰ ਦੇ ਵਿੱਚ ਜਜ਼ਬਾਤੀ ਕੀਤਾ ਜਾਂਦਾ ਵੀ ਜੇ ਆਪਾਂ ਤੁਸੀਂ ਸਾਡਾ ਸਾਥ ਦਿਓਗੇ ਅਸੀਂ ਆਪਣੇ ਉਹਨਾਂ ਨੌਜਵਾਨਾਂ ਦਾ ਹਿਸਾਬ ਲਵਾਂਗੇ ਜਿਹੜੇ ਨੌਜਵਾਨਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਪੰਜਾਬ ਦੀ ਵਿਕਾਸ ਵਾਸਤੇ ਕੁਰਬਾਨੀਆਂ ਕੀਤੀਆਂ ਪਰ ਜਿੱਦਣ ਬੰਦੇ ਨੂੰ ਕੁਰਸੀ ਮਿਲ ਜਾਂਦੀ ਉਹਦਣ ਕਹਿੰਦਾ ਤੂੰ ਕੌਣ ਤੇ ਮੈਂ ਕੌਣ ਉਹਨਾਂ ਨੂੰ ਮਿਲਣ ਵਾਸਤੇ ਵੀ 10-10 ਦਿਨ ਪਹਿਲਾਂ ਫੋਨ ਕਰਨੇ ਪੈਂਦੇ ਪਹਿਲੀ ਗੱਲ ਉਹ ਚੁੱਕਦੇ ਹੀ ਨਹੀਂ ਸਮਾਂ ਲੈਣਾ ਪੈਂਦਾ ਸਮਾਂ ਲੈਣਾ ਪੈਂਦਾ ਮੈਂ ਇਹ ਗੱਲ ਕਹਿੰਦਾ ਭਾਈ ਸਰਬਜੀਤ ਸਿੰਘ ਹੁਣਾਂ ਨੂੰ ਵੀ ਪਾਰਟੀਆਂ ਨਾ ਬਣਾਓ ਪਾਰਟੀਆਂ ਜਿਹੜੀਆਂ ਬਣੀਆਂ ਇਹਨਾਂ ਦਾ ਸੁਧਾਰ ਕਰੋ ਪਾਰਟੀਆਂ ਕਿੰਨੀਆਂ ਕੁ ਬਣਾ ਲੋਗੇ ਉਧਰੋਂ ਤੱਕੜੀ ਵਾਲੇ ਆ ਗਏ ਉਧਰੋਂ ਪੰਜੇ ਵਾਲੇ ਆ ਗਏ ਉਦੋਂ ਹਾਥੀ ਵਾਲੇ ਆ ਗਏ ਉਧਰ ਬਾਲਟੀਆਂ ਵਾਲੇ ਤੂਤਿਆਂ ਵਾਲੇ ਆ ਗਏ ਹਨਾ ਹੁਣ ਆਮ ਪਾਰਟੀ ਵਾਲੇ ਚਲੋ ਪਾਰਟੀਆਂ ਜੰਨੀਆਂ ਬਣ ਗਈਆਂ ਠੀਕ ਆ ਉਹ ਤੁਹਾਡੇ ਗਾੜੀ ਹੱਥ ਜੋੜੇ ਹੁਣ ਪਾਰਟੀਆਂ ਨਾ ਬਣਾਓ ਹੁਣ ਸਿੱਖ ਪੰਥ ਦੇ ਅੰਦਰ ਲਹਿਰ ਖੜੀ ਕਰੋ ਤੇ ਲਹਿਰ ਕੱਲੀ ਖਾਲਸਾਣ ਦੇ ਘਰੋਂ ਨਹੀਂ ਜਾਂਦੀ ਖਾਲਸੇ ਰਾਜ ਨੂੰ ਕਾਇਮ ਕਰੋ ਜਿਹੜਾ 145000 ਮਰਬਾ ਮੀਰ ਖਾਲਸਾ ਰਾਜ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਆਪਾਂ ਕਾਇਮ ਕੀਤਾ ਸੀ ਨਾ ਉਹ ਕਾਇਮ ਕਰੋ ਜੀ ਉਹਦੀ ਲੋੜ ਆ ਇਹ ਇਹਲਾ ਸਵਾਲ ਮੈਂ ਕਰੂੰਗਾ ਜਿਨ੍ਹਾਂ ਦੇ ਬਿਲੋਂ ਧਰਮ ਦਾ ਪ੍ਰਚਾਰ ਕੀਤਾ ਜਾਣਾ ਹੈ ਜਿਹੜੇ ਮਹੱਲਾ ਮਹੱਲਾ ਜਾ ਕੇ ਪਿੰਡ-ਪਿੰਡ ਦੇ ਵਿੱਚ ਧਰਮ ਦਾ ਪ੍ਰਚਾਰ ਕਰਦੇ ਨੇ ਉਹ ਭਾਵੇਂ ਪਾਠੀ ਸਿੰਘ ਹੋਣ ਰਾਗੀ ਸਿੰਘ ਹੋਣ ਢਾਡੀ ਸਿੰਘ ਹੋਣ ਇਹਨਾਂ ਦੇ ਉਸ ਤਰੀਕੇ ਦੇ ਨਾਲ ਤਵੱਜੋ ਦੇ ਕੇ ਹਿਮਾਕਤ ਯਾਹ ਪਰ ਉਹਨਾਂ ਦੀ ਜਿਸ ਤਰੀਕੇ ਨਾਲ ਮਦਦ ਕਰਨੀ ਚਾਹੀਦੀ ਹੈ ਉਹ ਨਹੀਂ ਹੁੰਦੀ ਉਹਨਾਂ ਨੂੰ ਤਨਖਾਹਾਂ ਵੀ ਉਸ ਤਰੀਕੇ ਦੀਆਂ ਨਹੀਂ ਦਿੱਤੀਆਂ ਜਾਂਦੀਆਂ ਇਹ ਲਗਾਤਾਰ ਪੰਜਾਬ ਦੇ ਵਿੱਚ ਕਮੀ ਖਾਮੀ ਰਹੀ ਹੈ ਲਗਾਤਾਰ ਇਸ ਦੇ ਉੱਪਰ ਕਿੰਤੂ ਵੀ ਹੁੰਦੇ ਰਹੇ ਨੇ ਪ੍ਰਤੀਕਰਮ ਵੀ ਪੇਸ਼ ਤੁਸੀਂ ਵੀ ਕਰਦੇ ਰਹੇ ਹੋ ਇਹ ਸਾਰੀ ਚੀਜ਼ ਨੂੰ ਕਿਵੇਂ ਵੇਖਦੇ ਹੋ ਕਿ ਜੇਕਰ ਆਪਾਂ ਧਰਾਤਲ ਨੂੰ ਸੁਧਾਰਨਾ ਹੈ ਤੇ ਪਾਟੀ ਸਿੰਘ ਰਾਗੀ ਸਿੰਘ ਢਾਡੀ ਸਿੰਘ ਜਿਹੜੇ ਨੇ ਇਹਨਾਂ ਨੂੰ ਬਚਾ ਲਿਆ ਜਾਵੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਇਹਦੇ ਬਾਰੇ ਤੁਹਾਨੂੰ ਕਹਿਣਾ ਚਾਹੁੰਦਾ ਵੇਖੋ ਆਪਾਂ ਰੋਲਾ ਪਾਉਂਦੇ ਆਂ ਕਿ ਸਿੱਖ ਪੰਥ ਦੇ ਰੀੜ ਦੀ ਹੱਡੀ ਜਿਹੜੀ ਆ ਉਹ ਢਾਡੀ ਰਾਗੀ ਪ੍ਰਚਾਰਕ ਤੇ ਪਾਠੀ ਸਿੰਘ ਹਨਾ ਲੇਕਿਨ ਕਦੇ ਕਿਸੇ ਨੇ ਵੇਖਿਆ ਪੀ ਇਸ ਰੇਡ ਦੀ ਹੱਡੀ ਦੇ ਮਣਕੇ ਕਿੰਨੇ ਖਿਲਰ ਚੁੱਕੇ ਆ ਇਹਨਾਂ ਮਣਕਿਆਂ ਨੂੰ ਇੱਕ ਜਗ੍ਹਾ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਕਈ ਨੇ ਜੇ ਗੁਰੂ ਘਰ ਦਾ ਵਜ਼ੀਰ ਜਿਹੜਾ ਪਾਠੀ ਸਿੰਘ 2:30 ਵਜੇ ਉੱਠ ਕੇ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਦਿੰਦਾ ਉਹ ਬੰਦੇ ਦੀ ਤਨਖਾਹ ਮੈਂ ਕਹਿੰਦਾ 30000 ਰੁਪਏ ਤਨਖਾਹ ਹੋਵੇ ਘੱਟ ਤੋਂ ਘੱਟ ਵੀ ਮੈਂ ਦਾਵਾ ਕਰਦਾ ਉਹਦੇ ਵਰਗਾ ਬੰਦਾ ਸੱਚਾ ਕੋਈ ਨਹੀਂ ਹੋਗਾ ਨਿਆਣੇ ਰਾਜ ਕੇ ਰੋਟੀ ਖਾਣਗੇ ਚੰਗੇ ਸਕੂਲਾਂ ਚ ਪੜ੍ਹਾਈ ਕਰਨਗੇ ਨਾ ਉਹ ਪਿੰਡ ਦੇ ਬੱਚਿਆਂ ਨੂੰ ਇਕੱਤਰ ਕਰਕੇ ਗੁਰਮਤਾ ਦੀ ਵਿੱਦਿਆ ਵੀ ਦਊਗਾ ਉਹਨਾਂ ਨੂੰ ਸੰਥਿਆ ਸੰਥਿਆ ਦਊਗਾ ਬਾਣੀ ਦੀ ਵੀ ਆ ਲੜ ਲੱਗੋ ਓਏ ਇਸ ਲੜ ਲਾ ਕੇ ਸਾਨੂੰ ਤੁਸੀਂ ਸਾਰਾ ਕੁਝ ਦਿੱਤਾ ਸੰਗਤ ਨੇ ਸਾਡਾ ਫਰਜ਼ ਸੰਗਤ ਉਹਨਾਂ ਨੂੰ ਸਾਹਮਣੇ ਉਹ ਸੰਗਤ ਜੇ ਸੰਗਤ ਨੂੰ ਸਾਹਮਣੇ ਸੰਗਤ ਦੀ ਔਲਾਦ ਨੂੰ ਸਾਹਮਣੇ ਜਿਹੜੇ ਪਿੰਡ ਦੇ ਨਿਵਾਸੀ ਆ ਉਹਨਾਂ ਦੀ ਸੰਗਤ ਨੂੰ ਸਾਹਮਣਾ ਇਹ ਗੁਰੂ ਘਰ ਦੇ ਵਜ਼ੀਰ ਦੀ ਜ਼ਿੰਮੇਵਾਰੀ ਆ ਤੇ ਜੇ ਗੁਰੂ ਘਰ ਦਾ ਵਜ਼ੀਰ ਇਨੀ ਮਾਇਆ ਲੈ ਕੇ ਵੀ ਪਿੰਡ ਦਾ ਵਿਕਾਸ ਨਹੀਂ ਕਰ ਸਕਦਾ ਤੇ ਮੇਰੇ ਹਿਸਾਬ ਨਾਲ ਉਹਨੂੰ ਰੱਖਣਾ ਨਹੀਂ ਚਾਹੀਦਾ ਤੇ ਜੇ ਉਹਦੀ 30000 ਰੁਪਿਆ ਤਨਖਾਹ ਵਾ ਹਰ ਪੱਖੋਂ ਨੂੰ ਸੋਖਿਆ ਜਿਹੜਾ ਕੱਲਾ ਆਟੇ ਤੇ ਰੱਖਦੇ ਉਹ ਬਹੁਤ ਗਲਤ ਗੱਲ ਆ ਜਾਂ ਕਹਿੰਦੇ ਵੀ ਆ ਗੋਲਕ ਜਿਹੜੀ ਆ ਇਹ ਇਹਦੇ ਵਿੱਚੋਂ ਤੈਨੂੰ ਜਿਹੜੀ ਕੋ ਘਰਾਂ ਦੇ ਵਿੱਚ ਜਿਹੜੀ ਆਪਾਂ ਜਾਂਦੇ ਪ੍ਰੋਗਰਾਮ ਕਰਨ ਵਾਸਤੇ ਉਹ ਜਾਂਦੇ ਆ ਉਹਦੇ ਵਿੱਚੋਂ ਵੀ ਉਹਦੇ ਪੈਸੇ ਰੱਖ ਲੈਂਦੇ ਕਈ ਗੋਲਕ ਚ ਪਾ ਦਿੰਦੇ ਨਹੀਂ ਪਾਠੀ ਨੂੰ ਨਹੀਂ ਦੇਣਾ ਅਸਲ ਵਿੱਚ ਮੈਂ ਗੱਲ ਕਹਿੰਦਾ ਜਿਹੜੀ ਗੁਰੂ ਘਰ ਦੇ ਵਿੱਚ ਗੋਲਕ ਆ ਨਾ ਉਹਦੇ ਉੱਤੇ ਹੱਕ ਜਿਹੜਾ ਕਮੇਟੀ ਦਾ ਹੋਣਾ ਚਾਹੀਦਾ ਜਿਹੜੀ ਲੋਕਾਂ ਦੇ ਘਰਾਂ 'ਚ ਜਾ ਕੇ ਪਾਠ ਸੁਖਮਨੀ ਸਾਹਿਬ ਹੁੰਦੇ ਆ ਹਨਾ ਜਾਂ ਅਖੰਡ ਪਾਠ ਸਾਹਿਬ ਹੁੰਦੇ ਜਿਹੜੀ ਉਹਦੇ ਗਾੜੀ ਹੁੰਦੀ ਮਹਾਰਾਜ ਦੇ ਗਾੜੀ ਜਿਹੜੀ ਸਟੇਜ ਹੁੰਦੀ ਨਾ ਜਿਹੜੀ ਮਾਇਆ ਦਰਸ਼ਨੀ ਭੇਟਾ ਹੁੰਦੀ ਉਹ ਜਿਹੜੀ ਪਾਠੀ ਸਿੰਘ ਨੂੰ ਦੇਣੀ ਚਾਹੀਦੀ ਹੈ ਦੂਜੇ ਪੱਖ ਤੇ ਮੈਂ ਇਹ ਗੱਲ ਕਹਿਣਾ ਵੀ ਜਦੋਂ ਹੁਣ ਢਾਡੀ ਰਾਗੀ ਪ੍ਰਚਾਰਕ ਕਬੀਸ਼ਰ ਜਿਹੜੇ ਆ ਮੈਂ ਜਿੰਨਾ ਤੱਕ ਮੈਂ ਵਿਚਰ ਕੇ ਵੇਖਿਆ ਗਿਲਸਾਹ ਬਹੁਤ ਮੰਦੇ ਹਾਲਾਤ ਆ ਜਿਸ ਬੰਦੇ ਦੇ ਘਰ ਰੋਟੀ ਨਹੀਂ ਪੱਕਦੀ ਸੱਚ ਕਹਿੰਦਾ ਬੋਲਦੂਗਾ ਇੱਕ ਪਾਸੇ ਇਹ ਧਿਆਨ ਆ ਵੀ ਮੈਂ ਘਰ ਦੂਜੇ ਪਾਸੇ ਬੰਦਾ ਸਿੰਘ ਬਹਾਦਰ ਦੀ ਗੱਲ ਕਾਣਿਆ ਤੇ ਬੰਦਾ ਸਿੰਘ ਬਹਾਦਰ ਨੂੰ ਵਾਰ ਚ ਕਿਦਾਂ ਉਹ ਵੀਰ ਅੱਜ ਪੈਦਾ ਕਰ ਦੂਗਾ ਧਿਆਨ ਤੇ ਉਹਦਾ ਘਰ ਆ ਵੀ ਮੇਰੀ ਘਰ ਵਾਲੀ ਦੀ ਕੰਢੀ ਮੈਂ ਦਵਾਨ ਲਾ ਕੇ ਜਾਣਾ ਇੱਥੋਂ ਮੈਨੂੰ ਜਿਹੜੇ 4 ਪੈਸੇ ਹੁਣ ਉਹਦੇ ਪੈਸਿਆਂ ਦੇ ਵਿੱਚੋਂ ਮੈਂ ਘਰ ਆਟਾ ਖਾਣਾ ਹੁਣ ਦੂਜੇ ਪਾਸੇ ਇਹ ਗੱਲ ਕਹਿੰਦੇ ਸਿੱਖ ਪੰਥ ਦੀ ਗੱਲ ਕਹੀ ਜਾਂਦਾ ਮੈਂ ਕਹਿੰਦਾ ਇਹ ਮੈਨੂੰ 12 ਸਾਲ ਉਚਲੇ ਟਾਡੀ ਬਣੇ ਨੂੰ ਕਿਹੜੇ ਪੰਥ ਨੇ ਸਾਂਭਿਆ ਮੈਨੂੰ ਦੱਸੋ ਕਿਹੜਾ ਜਹੇਦਾਰ ਆ ਕਿਹੜਾ ਬਾਬਾ ਮੈਨੂੰ ਇੱਕ ਵਾਰੀ ਦੱਸਿਆ ਆ ਕੇ ਹਾਂ ਵੀ ਤੇਰੇ ਤੇ ਵਿਪਤਾ ਆਈ ਤੇਰੇ ਨਾਲ ਖੜੇ ਆ ਤੇਰਾ ਐਕਸੀਡੈਂਟ ਹੋਇਆ ਅਹੀਂ ਤੈਨੂੰ ਦੱਸ ਕਿਹੜੀ ਚੀਜ਼ ਚਾਹੀਦੀ ਤੈਨੂੰ ਗੱਡੀ ਦੇ ਦਈਏ ਪਰਵਾਹ ਨਾ ਕਰ ਤੂੰ ਪੰਥ ਦਾ ਇੱਕ ਠੋਕੇ ਪ੍ਰਚਾਰ ਕਰ ਕਿਹੜਾ ਬਾਬਾ ਮੈਨੂੰ ਦੱਸੋ ਕਿਹੜਾ ਪੰਥਾ ਕੋਈ ਨਹੀਂ ਖੜਾ ਆਪਣੇ ਆਪ ਹੀ ਅੱਗ ਵਾਲੀ ਤੇ ਆਪ ਹੀ ਸੇਕੀ ਦੂਜੇ ਪਾਸੇ ਕਵੀਸ਼ਰ ਸਿੰਘ ਢਾਡੀ ਸਿੰਘ ਮੈਂ ਇੱਕ ਨਾ ਸਿੱਖ ਲਹਿਰ ਸੇਵਾ ਸੁਸਾਇਟੀ ਜਿਹੜੀ ਹੈ ਉਹ ਬਣਾਉਣ ਜਾ ਰਿਹਾ ਤੇ ਮੈਂ ਸਾਰੀ ਪਬਲਿਕ ਨੂੰ ਉਹਦੇ ਵਿੱਚ ਮਤਲਬ ਸੰਗਤ ਨੂੰ ਆਲ ਹੀ ਬੇਨਤੀ ਕੀਤੀ ਵੀ ਮੈਂ ਕਿਸੇ ਇੱਕ ਧਿਰ ਨੂੰ ਨਹੀਂ ਕਹਿ ਰਿਹਾ ਮੈਂ ਪਾਠੀ ਤੋਂ ਲੈ ਕੇ ਢਾਡੀ ਰਾਗੀ ਕਵੀਸ਼ਰ ਸਿੰਘ ਜਿੰਨੇ ਵੀ ਪ੍ਰਚਾਰਕ ਆ ਲਿਆ ਉਹਨਾਂ ਨੇ ਮੈਂ ਪਰ ਮੰਥ 500 ਰੁਪਇਆ ਮਹੀਨਾ ਮੈਂ ਕਹਾ ਜਮਾ ਕਰਉਣਾ ਇਹਦੇ ਵਿੱਚ ਜਿੰਨੇ ਮੈਂਬਰ ਬਣ ਗਏ ਹੁਣ ਮੰਨ ਲਓ ਕਿਸੇ ਤੇ 1 ਮਹੀਨੇ ਦੇ ਵਿੱਚ ਵਿੱਚ ਕਿਸੇ ਤੇ ਕੋਈ ਸੰਕਟ ਆ ਗਿਆ ਕੋਈ ਐਕਸੀਡੈਂਟ ਹੋ ਗਿਆ ਕੋਈ ਬਿਮਾਰ ਹੋ ਗਿਆ ਕਿਸੇ ਦੇ ਘਰ ਕੋਈ ਰਾਸ਼ਨ ਨਹੀਂ ਆ ਉਹਦੀ ਜ਼ਿੰਮੇਵਾਰੀ ਫਿਰ ਜਿਹੜੀ ਆ ਇਹ ਲੈਰ ਲਊਗੀ ਤੇ ਜਿਹੜੇ ਆਪਣੇ ਬਿਰਧ ਹੋ ਚੁੱਕੇ ਆ ਆਪਣੇ ਰਾਗੀ ਢਾਡੀ ਪ੍ਰਚਾਰਕ ਉਹਨਾਂ ਦੇ ਘਰਾਂ ਵਿੱਚ ਜਾ ਕੇ ਤਹਿ ਤੱਕ ਜਾ ਕੇ ਵੀ ਵਾਕਿਆ ਸਬੰਧੀ ਨੂੰ ਲੋੜ ਆ ਜਿਹੜਾ ਲੋੜਵੰਦ ਢਾਡੀ ਹੈ ਬਿਰਧ ਹੋ ਚੁੱਕਾ ਬਜ਼ੁਰਗ ਉਹਦੀ 1000 ਰੁਪਇਆ ਪੈਨਸ਼ਨ ਜਿਹੜੀ ਆ ਉਹ ਪਰ ਮੰਥ ਆਪਾਂ ਲਵਾਵਾਂਗੇ ਇਹ ਸੰਗਤ ਦੇ ਸਹਿਯੋਗ ਦੇ ਨਾਲ ਜਿੰਨੇ ਐਨ ਆਰ ਆਈ ਭਰਾ ਬਾਹਰ ਬੈਠੇ ਆ ਜਾਂ ਸਾਡੇ ਪੰਜਾਬ ਚ ਭੈਣਾ ਬਾਹਰਲੇ ਦੇਸ਼ਾਂ ਚ ਭੈਣਾ ਬੈਠੀਆਂ ਮੈਂ ਉਹਨਾਂ ਸਾਰਿਆਂ ਨੂੰ ਇੱਕੋ ਬੇਨਤੀ ਕਰਨੀ ਆ ਵੀ ਤੁਸੀਂ ਬੜੀਆਂ ਸਰਕਾਰਾਂ ਨੂੰ ਸਾਥ ਦੇ ਕੇ ਵੇਖਿਆ ਤੁਸੀਂ ਹੋਰ ਵੀ ਤੁਸੀਂ ਬਹੁਤ ਲਹਿਰਾਂ ਕੱਡੀਆਂ ਪਰ ਮੈਂ ਇਹ ਲਹਿਰ ਇਸ ਕਰਕੇ ਕੱਢਣਾ ਚਾਹੁੰਨਾ ਮੈਂ ਕੋਈ ਇਹ ਝੰਡੇ ਲਾਉਣ ਵਾਸਤੇ ਜਾਂ ਆਪਣਾ ਨਾਮ ਬਣਾਉਣ ਵਾਸਤੇ ਨਹੀਂ ਇਹ ਲਹਿਰ ਚਾਹੁੰਨਾ ਮੈਂ ਇਹ ਲਹਿਰ ਇਸ ਕਰਕੇ ਚਾਹੁੰਨਾ ਵਾ ਵੀ ਜਿਹੜੇ ਸਾਡੇ ਬਿਰਧ ਹੋ ਚੁੱਕੇ ਉਹਨਾਂ ਨੂੰ ਸਾਂਭ ਲਈਏ ਇਹਦਾ ਮਤਲਬ ਇਹ ਥੋੜਾ ਵੀ ਅੱਜ ਹੱਡੀਆਂ ਚੱਲਦੀਆਂ ਤੇ ਬੱਲੇ ਬੱਲੇ ਆ ਪਹਿਲਵਾਨ ਜਤਨ ਮੈਦਾਨ ਚ ਖੇਡਦਾ ਥਾਪੀਆਂ ਮਾਰਦਾ ਲੋਕ ਚੀਕਾਂ ਮਾਰਦੇ ਲਲਕਾਰੇ ਮਾਰਦੇ ਜਿੱਦਣ ਉਹ ਪਹਿਲਵਾਨ ਮੰਚੇ ਤੇ ਪੈ ਗਿਆ ਉਹਦੋਂ ਕਹਿੰਨੇ ਪੁੱਛਿਆ ਹੀ ਨਹੀਂ ਜਿਹੜਾ ਢਾਡੀ ਦੁਨੀਆ ਚ ਵੀਰ ਹਸ ਪੈਦਾ ਕਰਕੇ ਮੁਰਦੇ ਲੋਕਾਂ ਨੂੰ ਕਾਇਮ ਕਰਦਾ ਪਿਆ ਜੇ ਅੱਜ ਮੰਚੇ ਤੇ ਪਿਆ ਦਵਾਈ ਦੀ ਲੋੜ ਆ ਕੀ ਗੱਲ ਆਪਾਂ ਲੋਕਾਂ ਦੇ ਤਰਲੇ ਕੱਢਦੇ ਫਿਰਦੇ ਆਪਾਂ ਇੱਕ ਦੂਜੇ ਦਾ ਸਹਾਰਾ ਨਹੀਂ ਬਣ ਸਕਦੇ ਜਿੰਨੇ ਢਾਡੀ ਰਾਗੀ ਪ੍ਰਚਾਰਕ ਭਾਵੇਂ ਜੂਪੀ ਹਰਿਆਣੇ ਦਾ ਹੋਵੇ ਕਿਸੇ ਵੀ ਮਤਲਬ ਇਲਾਕੇ ਦਾ ਹੋਵੇ ਅਸੀਂ ਉੱਥੋਂ ਤੱਕ ਪਹੁੰਚਾਂਗੇ ਅਸੀਂ ਇਹ ਚਾਹੁੰਦੇ ਹਰ ਇਲਾਕੇ ਦੇ ਵਿੱਚ ਬੰਦੇ ਜਿਹੜੇ ਇਕੱਤਰ ਹੋਣ ਇਕੱਤਰ ਹੋ ਕੇ ਇੱਕ ਸਿੱਖ ਇਹ ਸਿੱ ਇਹ ਇਹ ਲਹਿਰ ਉਹਨਾਂ ਦੇ ਘਰਾਂ ਵਿੱਚ ਜਾਵੇ ਜਿਹੜੇ ਅੱਜ ਸੁੱਕੇ ਤੇ ਭੁੱਖੇ ਘਰਾਂ 'ਚ ਬੈਠੇ ਆ ਜਿਨ੍ਹਾਂ ਕੋ ਚੰਗਾ ਕੱਪੜਾ ਨਹੀਂ ਪਾਉਣ ਵਾਸਤੇ ਚੰਗਾ ਥਾਂ ਨਹੀਂ ਰਹਿਣ ਵਾਸਤੇ ਮੈਂ ਆਪਣੇ ਇਹਨਾਂ ਐਨਆਰਆਈ ਭਰਾਵਾਂ ਨੂੰ ਕਹਿਣਾ ਵੀ ਜਿਹੜੇ ਜੂਪੀ ਹਰਿਆਣਾ 'ਚ ਦੂਜੇ ਲੰਗਰਾਂ ਤੁਸੀਂ ਲਾਉਂਦੇ ਜੇ ਵੀ ਆਹ ਮੇਰੀ ਭੈਣ ਆ ਇਹਦਾ ਘਰ ਬਸਾ ਦਿਓ ਆ ਭੈਣ ਦਾ ਛੱਤ ਡਿੱਗਣ ਵਾਲੀ ਇਹ ਦੀ ਛੱਤ ਪਾ ਦਿਓ ਆ ਲੰਗਰ ਲਾ ਦਿਓ ਉਹਨਾਂ ਨੂੰ ਮੈਂ ਚਾਹੁੰਦਾ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ ਇੱਕ ਵਾਰੀ ਵਿਸ਼ਵਾਸ ਕਰਕੇ ਵੇਖੋ ਤੇ ਜਿੰਨੇ ਤੁਸੀਂ ਮਾਇਆ ਪੂਣੀ ਜਿਹੜਾ ਤੁਸੀਂ ਨੰਬਰ ਪਹਿਲਾਂ ਭੇਜਣਾ ਤੁਹਾਡਾ ਗਰੁੱਪ ਉਹ ਗਰੁੱਪ ਵਿੱਚ ਐਡ ਕੀਤਾ ਜਾਣਾ ਤੁਸੀਂ ਜਿਹੜੀ ਮਾਇਆ ਭੇਜਣੀ ਸਕਰੀਨਸ਼ਾਟ ਉਹਦੇ ਵਿੱਚ ਪਾ ਕੇ ਨਾਲ ਬੋਲ ਕੇ ਭੇਜਣਾ ਵੀ ਇੰਨੀ ਸੇਵਾ ਅਸੀਂ ਭੇਜੀ ਆ ਉਹ ਜਿੰਨੇ ਸਕਰੀਨਸ਼ਾਟ ਹੋਣਗੇ ਮਹੀਨੇ ਬਾਅਦ ਉਹਨਾਂ ਦਾ ਹਿਸਾਬ ਕੀਤਾ ਜਾਊਗਾ ਤੇ ਜਿਹੜੇ ਬੰਦਿਆਂ ਦੀ ਪੈਨਸ਼ਨ ਆਪਾਂ ਲਾਵਾਂਗੇ ਉਹਨਾਂ ਦੇ ਘਰਾਂ ਦੀ ਵੀਡੀਓ ਜਿਹੜੀ ਉਹ ਪਰਸਨਲ ਗਰੁੱਪ ਦੇ ਵਿੱਚ ਪਾਈ ਜਾਊਗੀ ਜੀ ਮੈਂ ਇਹ ਚਾਹਣਾ ਵੀ ਆਪਾਂ ਪੰਜਾਬ ਦੇ ਜਿਹੜੇ ਰਾਗੀ ਢਾਡੀ ਇਹਨਾਂ ਨੂੰ ਬਚਾ ਲਈ ਅੱਜ ਨਾਲ ਬਹੁਤ ਦਿਲ ਟੁਕੀ ਹੁੰਦਾ ਇੱਕ ਠਾਡੀ ਪਾਣ ਵਾਸਤੇ ਘੱਟੋ ਘੱਟ 5 ਸਾਲ ਲੱਗਦੇ ਨੋਰਮਲ ਟਰਨ ਵਾਸਤੇ ਤੇ ਜਦੋਂ ਦੁਨੀਆ ਦੇ ਵਿੱਚ ਵਿਚਰਨ ਆਉਂਦਾ ਉਦੋਂ 12-13 ਸਾਲ ਲੱਗ ਜਾਂਦੇ ਆ ਤੇ ਜਦੋਂ ਕੋ ਨੂੰ ਉਹਦਾ ਟਾਈਮ ਆਉਂਦਾ ਉਦੋਂ ਕੋ ਨੂੰ ਸਾਹ ਮੁੱਕ ਜਾਂਦੇ ਆ ਜੀ ਉਦੋਂ ਉਹ ਲੋਕ ਜਦੋਂ ਜਾਣਨ ਲੱਗਦੇ ਉਦੋਂ ਸਮਾਂ ਪੂਰਾ ਹੋ ਜਾਂਦਾ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜੇ ਮੈਂ ਥੋੜੇ ਸਮੇਂ ਦੇ ਵਿੱਚ ਬਹੁਤ ਕੁਝ ਜਾਣਿਆ ਨਾ ਇਹ ਮਹਾਰਾਜ ਦੀ ਕਿਰਪਾ ਆ ਪਰ ਇਹ ਆਵਾਜ਼ ਬਹੁਤ ਪਹਿਲਾਂ ਚੁੱਕਣੀ ਚਾਹੀਦੀ ਸੀ ਸਾਨੂੰ ਤੇ ਬਹੁਤ ਲੋਕਾਂ ਨੇ ਇਸ ਚੀਜ਼ ਦੇ ਉੱਤੇ ਸ਼ਰਮ ਮਹਿਸੂਸ ਕੀਤੀ ਪਰ ਆ ਤੁਸੀਂ ਗਿਰਸਾ ਵੇਖਿਆ ਹੀ ਹੈ ਮਹਾਰਾਜ ਦੀ ਕਿਰਪਾ ਮੈਨੂੰ ਮੈਂ ਇੱਕ ਇੱਕ ਚੀਜ਼ ਦਾ ਹਿਸਾਬ ਦੇਣ ਨੂੰ ਤਿਆਰ ਆ ਮੈਂ ਸਿਰਫ ਉਹਨਾਂ ਲੋਕਾਂ ਵਾਸਤੇ ਕਹਿੰਨਾ ਇੱਕ ਵਾਰੀ ਆਵਾਜ਼ ਬੁਲੰਦ ਕਰੋ ਇੱਕ ਵਾਰੀ ਲਹਿਰ ਦਾ ਹਿੱਸਾ ਬਣੋ ਜਿਹੜੇ ਲੋਕਾਂ ਨੂੰ ਅੱਜ ਬਹੁਤ ਜ਼ਿਆਦੀ ਜ਼ਰੂਰਤ ਹੈ ਸਾਡੀ ਵਹੀਰਾਂ ਤੇ ਵੀ ਪੈਸੇ ਖਰਚੇ ਆਪਾਂ ਲੰਗਰ ਵੀ ਲਾਏ ਗਾਂ ਵੀ ਲਾਉਣੇ ਮੈਂ ਕਹਿੰਦਾ ਜੀ ਸਦਕੇ ਲਾਓ ਯਾਰ ਬਾਹਰ ਬੈਠੇ ਆਪਾਂ 5-5 ਡਾਲਰ ਪਾਉਣ ਲੱਗੇ ਨਾ ਤੇ ਮੇਰੇ ਹਿਸਾਬ ਦੇ ਨਾਲ ਮੈਂ ਖਾਲਸਾ ਰਾਜ ਕਾਇਮ ਇੱਥੇ ਪੰਜਾਬ ਦੀ ਧਰਤੀ ਤੇ ਹੋਊਗਾ ਜਿਹੜੇ ਅੱਜ ਧਰਮ ਤਬਦੀਲੀ ਕਰ ਰਹੇ ਆ ਮੈਂ ਕਹਿੰਦਾ ਇੱਕ ਵਾਰੀ ਲਹਿ ਉਹਨਾਂ ਨੂੰ ਪਿਆਰ ਦਿਓ ਤਲਵਾਰ ਨਾਲ ਤੇ ਤੁਸੀਂ ਕਹਿੰਦੇ ਧੱਕੇ ਦੇ ਨਾਲ ਤੇ ਕਿਹਨੂੰ ਸਿੱਖ ਨਹੀਂ ਬਣਾ ਸਕਦੇ ਨਾ ਕਿ ਇਹਨੂੰ ਮੁਸਲਮਾਨ ਬਣਾ ਸਕਦੇ ਆ ਵੇਖੋ ਪਿਆਰ ਦੇ ਨਾਲ ਜਦੋਂ ਕਿਸੇ ਗਰੀਬ ਦੇ ਸਿਰ ਤੇ ਹੱਥ ਰੱਖਦੇ ਨਾ ਤੁਸੀਂ ਉਹਨੂੰ ਛਾਤੀ ਨਾਲ ਲਾਉਨੇ ਉਹਨੂੰ ਉਹ ਸਲਾਮ ਮਿਲਦਾ ਉਤੋਂ ਤੁਸੀਂ ਉਹਦੇ ਕੋਲ ਬਹਿਨੇ ਆ ਉਹਨੂੰ ਪਿਆਰ ਦਿਨੇ ਨਾ ਨਫ਼ਰਤ ਨਹੀਂ ਕਰਦੇ ਉਹਦੇ ਦਿਲ ਚ ਵੀ ਆਉਂਦਾ ਵੀ ਯਾਰ ਇਹਨਾਂ ਵਰਗਾ ਹੋਣਾ ਚਾਹੀਦਾ ਇਹਨਾਂ ਦੇ ਇਹਨਾਂ ਵਰਗੇ ਬਣ ਕੇ ਇਹਨਾਂ ਦੇ ਰਾਹ ਤੇ ਤੁਰਨਾ ਚਾਹੀਦਾ ਤੇ ਜਿਹੜੀ ਸੇਵਾ ਮੈਂ ਇਹ ਕਰਨੀ ਚਾਹੁੰਨਾ ਮੈਂ ਇਹ ਸੰਗਤ ਦੇ ਸਹਿਯੋਗ ਨਾਲ ਹੀ ਕਰਨਾ ਚਾਹੁੰਨਾ ਗਿਲ ਸਾਹਿਬ ਤੇ ਮੈਂ ਇਹ ਗੱਲ ਕਹਿੰਨਾ ਵੀ ਜਿੰਨੇ ਮੈਂਬਰ ਜੁੜਨਗੇ ਜਿਹਦੇ ਘਰ ਆਪਾਂ ਸੇਵਾ ਪਚਾਉਣੀ ਆ ਜਿਹੜੇ ਬੰਦੇ ਨੂੰ ਭੇਜਣਾ ਉਹ ਵੀਡੀਓ ਬਣਾ ਕੇ 30 ਸਕੰਡ ਦੀ ਉਹ ਗਰੁੱਪ ਦੇ ਵਿੱਚ ਪਾਊਗਾ ਨਾਲ ਕਿਉਂਕਿ ਇਹਦੇ ਵਿੱਚ ਮੈਂ ਲੁਕਾ ਕੁਝ ਨਹੀਂ ਰੱਖਣਾ ਚਾਹੁੰਦਾ ਜਿੱਦਾਂ ਆਮ ਪਹਿਲਾਂ ਲੋਕਾਂ ਲੀਡਰਾਂ ਨੇ ਕੀਤਾ ਜਾਂ ਸੁਸਾਇਟੀਆਂ ਬਣਾਈਆਂ ਅੱਜ ਤੱਕ ਕਿਸੇ ਨੇ ਹਿਸਾਬ ਨਹੀਂ ਪੁੱਛਿਆ ਨਾ ਕੋਈ ਪੁੱਛਦਾ ਨਾ ਕਿਸੇ ਨੇ ਪੁੱਛਣਾ ਹਨਾ ਮੈਂ ਇਹ ਗੱਲ ਚਾਹੁੰਦਾ ਵੀ ਜੇ ਤੁਹਾਡਾ 10000 ਰੁਪਏ ਆ ਨਾ ਉਹਦਾ ਇੱਕ ਇੱਕ ਰੁਪਈਏ ਦਾ ਹਿਸਾਬ ਗਰੁੱਪ ਦੇ ਵਿੱਚ ਜਿਹੜੇ ਲੋਕ ਆ ਜਿਹੜੇ ਸੇਵਾ ਭੇਜ ਰਹੇ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਇਹ ਇੰਨੇ ਪੈਸੇ ਮਲੋਕੀ ਮਾਨ ਸਿੰਘ ਕਾਲੀ ਨੂੰ ਭੇਜਿਆ ਤੇ ਆ ਹਿਸਾਬ ਸਾਡੇ ਸਾਹਮਣੇ ਆ ਉਹਦੇ ਵਿੱਚ 1 ਰੁਪਈਏ ਦਾ ਮੈਂ ਮਹਿਰ ਫੇਰ ਨਹੀਂ ਚਾਹੁੰਦਾ ਕਿਉਂਕਿ ਭਲਕੇ ਕੋਈ ਮੇਰੇ ਤੇ ਉਂਗਲ ਚੁੱਕੇ ਵੀ ਉਹ ਪੈਸੇ ਖਾ ਗਿਆ ਮੈਂ ਉਹ ਕੰਮ ਨਹੀਂ ਕਰਨਾ ਚਾਹੁੰਦਾ ਸਿਰਫ ਜੇ ਇਹ ਅੱਜ ਮੇਰੇ ਅੰਦਰੋਂ ਆਵਾਜ਼ ਨਿਕਲੀ ਹੈ ਜੇ ਇਹ ਲੋਕਾਂ ਦਾ ਦਰਦ ਮੈਂ ਤੁਹਾਡੇ ਸਾਹਮਣੇ ਰੱਖਿਆ ਨਾ ਇਹ ਮੈਂ ਤੁਸੀਂ ਸੋਚੋ ਮੈਂ ਬੜਾ ਕੁਝ ਸੋਚ ਕੇ ਫੇਰ ਰੱਖਿਆ ਕਈਆਂ ਨੇ ਹੁਣ ਇਹ ਗੱਲ ਕਹਿਣੀ ਆ ਵੀ ਇਹ ਮੰਗਤਿਆ ਇਹ ਮੰਗਣ ਵਾਸਤੇ ਆ ਗਿਆ ਪਰ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਢਾਡੀ ਆਖਿਆ ਹਣਾ ਤੇ ਢਾਡੀ ਜਿਹੜਾ ਉਹ ਦਰ ਤੇ ਗੁਰੂ ਦੇ ਦਰ ਤੇ ਖੜਕੇ ਮੰਗਦਾ ਤੇ ਸੰਗਤ ਮਾਂ ਤੇ ਗੁਰੂ ਪ੍ਰਤਾਖ ਆ ਬੇਟਾ ਜਦੋਂ ਬੱਚਾ ਰੋਂਦਾ ਜਾਂ ਬੱਚੇ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਦੋ ਹੀ ਤਰ੍ਹਾਂ ਹੁੰਦੇ ਆ ਮਾਂ ਕੋ ਤੇ ਜਾਂ ਆਪਣੇ ਪਿਓ ਕੋ ਮੰਗਦਾ ਹਨ ਅਸੀਂ ਉਸ ਮਾਂ ਤੋਂ ਮੰਗਦੇ ਜਿਹੜੀ ਮਾਂ ਦੇ ਕੇ ਨਾ ਨਹੀਂ ਕਰਦੀ ਕਿਉਂਕਿ ਸਾਡੇ ਪਿਓ ਨੇ ਹੁਕਮ ਲਾਇਆ ਨਾ ਦਿੰਦਾ ਦੇ ਲੈਣ ਤੇ ਥੱਕ ਪਾਹੇ ਵੀ ਸਾਡੇ ਬਾਬੇ ਨੇ ਦਿੱਤਾ ਹੀ ਇੰਨਾ ਇਸ ਮਾਂ ਕੋ ਖੁਜਾਣਾ ਹੀ ਇੰਨਾ ਸੰਗਤ ਬਹੁਤ ਵਿਸ਼ਾਲ ਆ ਉਹ ਜਿਹੜੇ ਸੰਗਤ ਦੇ ਰੂਪ ਦੇ ਵਿੱਚ ਸਾਡੇ ਭਰਾ ਭਰਾ ਜਿਹੜੇ ਬਾਹਰ ਗਏ ਆ ਉਹ ਉਹਨਾਂ ਦੇ ਦਿਲ 'ਚ ਇਹ ਦਰਦ ਹੁੰਦਾ ਵੀ ਅਸੀਂ ਇਹ ਮਾਇਆ ਸਹੀ ਜਗ੍ਹਾ 'ਤੇ ਭੇਜੀਏ ਆਮ ਜਿੰਨੀ ਮਾਇਆ ਅੱਜ ਤੱਕ ਲੋਕਾਂ ਨੇ ਕੀ ਕੀਤਾ ਕਿਸੇ ਨੇ ਆਪਣੇ ਘਰ ਬਣਾ ਲਏ ਕਿਸੇ ਨੇ ਕੁਝ ਬਣਾ ਲਿਆ ਪਰ ਮੈਂ ਇਹ ਤੁਹਾਡੇ মিডিਆ ਰਾਈਆਂ ਵੀ ਗੱਲ ਕਹਿਣਾ ਚਾਹਣਾ ਤੁਹਾਡੀ ਸੇਵਾ ਅਨੁਸਾਰ ਜਿਹੜੇ ਸ਼ਹੀਦ ਪਰਿਵਾਰ ਆ ਜਿਹੜੇ ਪਰਿਵਾਰ ਅੱਜ ਕੰਮਕਾਰ ਕਰਕੇ ਜਿਨ੍ਹਾਂ ਨੇ ਇਸ ਸੰਤਵਾਦ ਤੇ ਕੁਰਬਾਨੀਆਂ ਕੀਤੀਆਂ ਜੇਲਾਂ 'ਚ ਕਈ ਬੰਦੇ ਆ ਉਹਨਾਂ ਦੇ ਪਰਿਵਾਰ ਦੀ ਕਿਸੇ ਸਾਰ ਨੇ ਲਈ ਉਹਨਾਂ ਦੇ ਘਰਾਂ ਤੱਕ ਪਹੁੰਚ ਕਰੂੰਗਾ ਉਹਨਾਂ ਦੇ ਘਰਾਂ ਤੱਕ ਪਹੁੰਚ ਕੇ ਉਹਨਾਂ ਦੀ ਆਵਾਜ਼ ਵੀ ਤੁਹਾਡੇ ਤੱਕ ਪਹੁੰਚਾਵਾਂਗਾ ਤੇ ਇਹ ਵੀ ਮੈਂ ਬੇਨਤੀ ਕਰਦਾ ਨਾਲ ਹੀ ਤੁਹਾਨੂੰ ਕਿ ਜਦੋਂ ਇਹ ਆਰੰਭ ਕਰਾਂਗੇ ਆਰੰਭ ਦੇ ਵਿੱਚ ਤੁਹਾਨੂੰ ਵੀ ਨਾਲ ਇਹ ਸੇਵਾ ਤੁਹਾਨੂੰ ਦੇਣੀ ਆ ਤਾਂ ਜੋ ਦੁਨੀਆ ਨੂੰ ਪਤਾ ਲੱਗ ਸਕੇ ਵੀ ਵਾਕਿਆ ਹੀ ਉਹਨਾਂ ਲੋਕਾਂ ਨੂੰ ਲੋੜ ਆ ਜਿਨ੍ਹਾਂ ਲੋਕਾਂ ਦੇ ਘਰਾਂ ਤੱਕ ਅਸੀਂ ਪਹੁੰਚ ਰਹੇ ਹਾਂ ਤੇ ਮੈਂ ਇਹ ਵੀ ਬੇਨਤੀ ਕਰਦਾ ਵੀ ਜਿਨ੍ਹਾਂ ਨੂੰ ਇਸ ਚੀਜ਼ ਦੀ ਲੋੜ ਆ ਉਹ ਜ਼ਰੂਰ ਇਸ ਆਵਾਜ਼ ਨੂੰ ਬੁਲੰਦ ਕਰੋ ਇਹ ਜਦੋਂ ਮਰਜ਼ੀ ਤੁਸੀਂ ਆ ਸਕਦੇ ਆ ਇਹ ਘਰ ਦੀ ਲੋਕੇਸ਼ਨ ਮੈਂ ਪੱਕੀ ਪਾਈ ਫੇਸਬੁੱਕ ਤੇ ਜਦੋਂ ਮਰਜ਼ੀ ਆ ਸਕਦੇ ਮੇਰੇ ਨਾਲ ਬਹਿ ਕੇ ਵਿਚਾਰ ਕਰ ਸਕਦੇ ਆ ਜੇ ਕਿਸੇ ਦੀ ਵੀ ਸੇਵਾ ਕਰਨੀ ਉਹ ਤੁਸੀਂ ਕਰ ਸਕਦੇ ਆ ਇਹ ਇਸ ਕਰਕੇ ਸੇਵਾ ਚਾਹੁੰਨਾ ਵੀ ਆਪਾਂ ਆਉਣ ਵਾਲੀ ਫਸਲ ਤੇ ਨਸਲ ਬਚਾ ਲਈਏ ਕਿਉਂਕਿ ਜਿਸ ਕੌਮ ਨੂੰ ਖਤਮ ਕਰਨਾ ਉਹਦੇ ਪ੍ਰਚਾਰ ਖਤਮ ਕਰ ਦੋ ਜਦੋਂ ਉਹਦੇ ਪ੍ਰਚਾਰ ਕਰਨ ਵਾਲੇ ਖਤਮ ਹੋ ਗਏ ਲੋਕ ਸੁੱਤੇ ਹੋ ਜਾਣੇ ਯਾਸ਼ ਹੋ ਜਾਣੇ ਆ ਸ਼ਰਾਬੀ ਤੇ ਕੁਆਬੀ ਇਹ ਰੰਗ ਦੇ ਵਿੱਚ ਲੋਕਾਂ ਨੇ ਰੁੱਝ ਜਾਣਾ ਤੇ ਜੇ ਮਰੀ ਕੌਮ ਨੂੰ ਜਿਉਂਦਾ ਕਰਨਾ ਤੇ ਫਿਰ ਤੇ ਸਾਨੂੰ ਪ੍ਰਚਾਰਕ ਚਾਹੀਦੇ ਚਾਹੀਦੇ ਆ ਤੇ ਜੇ ਪ੍ਰਚਾਰਕਾਂ ਨੂੰ ਵਿਚਾ ਲਵਾਵਾਂਗੇ ਤੇ ਆਉਣ ਵਾਲੀ ਪੀੜ੍ਹੀ ਸਰਾ ਤੇ ਦਿਮਾਲੇ ਸਜਾ ਕੇ ਨਾ ਨੰਗੀਆਂ ਤਲਵਾਰਾਂ ਲੈ ਕੇ ਵੀ ਗੋਲੀਆਂ ਦਾ ਸਾਹਮਣਾ ਕਰੂਗੀ ਤੇ ਜੇ ਅਸੀਂ ਇਹਨਾਂ ਨੂੰ ਨਾ ਸੰਭਿਆ ਨਾ ਆਉਣ ਵਾਲਾ ਕਿਹੜਾ ਮੈਨੂੰ ਅੱਜ ਦੇ ਸਮੇਂ ਦੱਸੋ ਰਾਗੀ ਕੰਮ ਛੱਡ ਕੇ ਅੱਜ ਦਹੀਂ ਭੱਲੇ ਵੇਚਣ ਡਿਆ ਕੋਈ ਰਾਗੀ ਅੱਜ ਟੈਂਪੂ ਚਲਾ ਰਿਆ ਕੋਈ ਗੱਡੀ ਚਲਾ ਰਿਆ ਕੋਈ ਪਾਠੀ ਸਿੰਘ ਜਿਹੜਾ ਗੁਰੂ ਘਰ ਵਿੱਚੋਂ ਛੱਡ ਕੇ ਅੱਜ ਰੇੜੀਆਂ ਲਾ ਰਿਹਾ ਫਿਰ ਸਿੱਖ ਪੰਥ ਦਾ ਕਿੱਡਾ ਸਿਰ ਉੱਚਾ ਦਾ ਮੈਂ ਕਾਲਤ ਸਿੰਘ ਸਾਹਿਬ ਇਹੋ ਬੇਨਤੀ ਕੀਤੀ ਸੀ ਵੀ ਜਿਹੜੀ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਚਰਨਾਂ 'ਚ ਗੋਲ ਕਿਆ ਉਸ ਗੋਲਕ ਨੂੰ 6 ਮਹੀਨਿਆਂ ਵਾਸਤੇ ਪੰਜਾਬ ਦੇ ਵਿਕਾਸ ਤੇ ਲਾ ਦਿਓ ਤੇ ਖਾਲਸਾ ਰਾਜ ਕਾਇਮ ਹੋ ਜਾਊਗਾ ਅੱਜ ਜਿਹੜੇ ਲੋਕ ਧਰਮ ਤਬਦੀਲ ਕਰਦੇ ਭੁੱਖ ਦੇ ਕਾਰਨ ਜਾ ਰਹੇ ਆ ਜੇ ਉਹਨਾਂ ਲੋਕਾਂ ਨੂੰ ਸਾਂਭ ਲਵਾਂਗੇ ਉਹਨਾਂ ਨੇ ਕਦੇ ਵੀ ਨਾ ਜਾਣਾ ਇਹ ਜਿਹੜੀ ਗੋਲਕ ਹੈ ਇਹਨਾਂ ਨੂੰ ਵੋਟਾਂ ਦੇ ਵਿੱਚ ਵਰਤਦੇ ਇਲੈਕਸ਼ਨ 'ਚ ਵਰਤੇ ਆ ਜਾਂਦਾ ਕਿਉਂ ਨਾ ਇਹਨੂੰ ਗਰੀਬਾਂ ਦੇ ਵਿਕਾਸ ਵਾਸਤੇ ਵਰਤਿਆ ਜਾਵੇ ਮਹਾਰਾਜ ਨੇ ਆਖਿਆ ਇੱਕ ਇਹ ਗਰੀਬਾਂ ਵਾਸਤੇ ਗੋਲਕ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਤੇ ਅੱਜ ਗੁਰੂ ਦੀ ਗੋਲਕ ਅਮੀਰਾਂ ਦਾ ਮੂੰਹ ਹੋ ਗਿਆ ਅੱਜ ਲੀਡਰਾਂ ਦਾ ਮੂੰਹ ਹੋ ਗਿਆ ਗਰੀਬ ਦਾ ਮੂੰਹ ਤੇ ਕਿਤੇ ਵੀ ਨਹੀਂ ਆ ਨਾ ਗਰੀਬ ਬੰਦੇ ਨੂੰ ਉੱਥੇ ਨੌਕਰੀ ਮਿਲਦੀ ਆ ਨੌਕਰੀ ਉਹਨਾਂ ਨੂੰ ਮਿਲਦੀ ਜਿਹੜੇ ਸਪੋਰਟਰ ਉਹਨਾਂ ਦੇ ਜਿਹੜੇ ਆਮ ਰਿਸ਼ਤੇਦਾਰੀਆਂ ਚ ਹੁੰਦੇ ਆ ਫਲਾਣਾ ਮੈਂਬਰ ਆ ਜੀ ਹਾਂ ਮੇਰਾ ਭਤੀ ਜਾ ਰਿਹਾ ਮੇਰੀ ਭਤੀਜੀ ਆ ਰਹੀ ਹੈ ਉਹਨਾਂ ਨੂੰ ਨੌਕਰੀਆਂ ਮਿਲੀਆਂ ਗਰੀਬ ਬੰਦੇ ਪੜ੍ਹੇ ਲਿਖੇ ਰਹਿ ਗਏ ਉਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਜਦੋਂ ਸ਼੍ਰੀ ਸਾਹਿਬ ਪ ਸਿਰ ਤੇ ਦਮਾਲਾ ਸਜਾ ਕੇ ਅੱਜ ਨਿਹੰਗ ਸਿੰਘ ਜਦੋਂ ਰਖਸ਼ਾ ਚਲਾਉਂਦੇ ਆ ਟੈਂਪੂ ਚਲਾਉਂਦੇ ਆ ਮੈਂ ਉਹ ਪੰਥ ਨੂੰ ਸਵਾਲ ਕਰਦਾ ਕ੍ਰਿਡਾ ਕਿ ਤੁਹਾਡਾ ਸਿਰ ਉੱਚਾ ਹੁੰਦਾ ਤੁਸੀਂ ਇੱਕ ਪਾਸੇ ਲੰਗਰ ਲਾਉਂਦੇ ਫਿਰਦੇ ਤੁਸੀਂ ਕਹਿੰਦੇ ਸਾਡੇ ਵਰਗਾ ਵਿਸ਼ਾਲ ਹੀ ਕੋਈ ਨਹੀਂ ਸਾਡੇ ਵਰਗਾ ਬਾਦਰੀ ਕੋਈ ਨਹੀਂ ਸਾਡੇ ਵਰਗਾ ਦਰੇਰ ਹੀ ਕੋਈ ਨਹੀਂ ਪਹਿਲਾਂ ਯਾਰ ਆਪਣੇ ਪਰਿਵਾਰ ਨੂੰ ਤਾਂ ਸੰਭਲੋ ਲੋਕਾਂ ਨੂੰ ਫਿਰ ਸੰਭਲੋ ਆਪਣੇ ਤੁਹਾਡੇ ਘਰ ਜਿਹੜੇ ਉਹ ਘਰ ਚ ਤੁਹਾਡੇ ਭੈਣ ਭਰਾ ਭੁੱਖੇ ਮਰਦੇ ਹੁਣ ਤੇ ਤੁਸੀਂ ਲੋਕਾਂ ਨੂੰ ਜਾ ਕੇ ਖੀਰਾ ਖੋਹਦੇ ਹੋ ਸੋਹਣੀਆਂ ਲੱਗਦੀਆਂ ਗੱਲਾਂ ਮੈਂ ਇਹ ਚੋਣਾ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਸ ਲਹਿਰ ਨੂੰ ਦੱਬਣਾ ਨਾ ਦਿਓ ਮੈਂ ਇਸ ਜਗ੍ਹਾ ਤੇ ਰਹਾ ਜਾਂ ਨਾ ਰਹਾ ਜਿੰਨੇ ਵੀ ਮੈਂਬਰ ਜੁੜਨਗੇ ਉਹਨਾਂ ਦੀ ਸੇਵਾ ਜੋਗ ਅਨੁਸਾਰ ਲਾਈ ਜਾਊਗੀ ਉਹ ਆਪਾਂ ਆਪਣੇ ਇਲਾਕੇ ਦੀ ਸੇਵਾ ਕਤਰ ਕਰਨਗੇ ਮਹੀਨੇ ਬਾਅਦ ਉਹਨਾਂ ਦੇ ਕੋਲੋਂ ਉਹ ਮਾਇਆ ਲੈ ਕੇ ਪਿੰਡ ਦੇ ਵਿੱਚ ਕਿੰਨੇ ਬੰਦੇ ਆ ਕਿੰਨੇ ਰਾਗੀ ਆ ਕਿੰਨੇ ਢਾਡੀ ਆ ਕਿੰਨੇ ਪ੍ਰਚਾਰਕ ਆ ਉਨਾ ਤੱਕ ਜਿਹੜੀ ਸੇਵਾ ਭੇਜਣੀ ਆ ਉਹ ਲਫਾਫੇ ਤਿਆਰ ਕੀਤੇ ਜਾਣਗੇ ਤੇ ਨਾਲ ਭਾਈ ਸਾਹਿਬ ਸਰਦੂਲ ਸਿੰਘ ਅਣਕੀ ਸਾਹਿਬ ਜਾਣਗੇ ਉਹਨਾਂ ਦੇ ਘਰਾਂ ਤੱਕ ਉਹ ਮਾਇਆ ਪਹਚਾਈ ਜਾਊਗੀ ਤੇ ਵੀਡੀਓ ਕਲਿੱਪ ਬਣਾ ਕੇ ਉਹ ਗਰੁੱਪ ਦੇ ਵਿੱਚ ਭੇਜਿਆ ਜਾਊਗਾ ਤਾਂ ਜੋ ਕਿਸੇ ਨੂੰ ਸ਼ੰਕਾ ਨਾ ਰਹੇ ਕਿ ਅਸੀਂ ਸੇਵਾ ਭੇਧੀ ਸਾਡੀ ਥਾਂ ਹੀ ਨਹੀਂ ਲਕੀ ਇੱਕ ਇੱਕ ਰੁਪਏ ਦਾ ਹਿਸਾਬ ਦੇਣਾ ਚਾਹੁੰਦੇ ਆ ਕਿਉਂਕਿ ਅਸੀਂ ਭੜਕੇ ਲੋਕਾਂ ਨੂੰ ਗੱਲਾਂ ਨਹੀਂ ਸੁਣਨੀਆਂ ਕਿਉਂਕਿ ਜਿਹੜੀਆਂ ਟਿੱਪਣੀਆਂ ਹੋਰ ਤੁਹਾਨੂੰ ਮੈਂ ਪਹਿਲਾਂ ਦੱਸਿਆ ਲੋਕਾਂ ਕਾਣਾ ਮੰਗਦੇ ਆ ਅਸੀਂ ਜੇ ਆਪਣੇ ਭਰਾਵਾਂ ਨੂੰ ਹਰਿਆ ਭਰਿਆ ਕਰਨਾ ਹੈ ਤਾਂ ਸਾਨੂੰ ਮੰਗਣਾ ਹੀ ਪਊਗਾ ਨਾ ਅਸੀਂ ਸ਼ਰਮ ਨਹੀਂ ਕਰਦੇ ਅਹੀਂ ਕੋਈ ਆਪਣੀਆਂ ਕੋਠੀਆਂ ਘਾਰਾਂ ਥੋੜਾ ਬਣਾਉਣੀਆਂ ਜਾਇ ਬੰਗਲੇ ਬਣਾਉਣੇ ਬਣਾਇਆ ਮਹਾਰਾਜ ਨੇ ਦਿੱਤਾ ਬਥੇਰਾ ਸੰਗਤ ਨੇ ਬਥੇਰਾ ਦਿੱਤਾ 77 700 ਲੱਖ ਲੱਖ ਰੁਪਏ ਪ੍ਰੋਗਰਾਮ ਦੇ ਲਈ ਨੇ ਉਹਦੇ ਵਿੱਚੋਂ ਦਸਬੰਦ ਵੀ ਕੱਢਦੇ ਅਜੇ ਤੱਕ ਇੱਕ ਵੀਡੀਓ ਨਹੀਂ ਪਾਈ ਸੇਵਾ ਕਰੀ ਦੀ ਗੂਤ ਪਹਿਰੇ ਚ ਕਰੀ ਦੀ ਜਿਹਨੂੰ ਲੋੜ ਹੁੰਦੀ ਉਹਨੂੰ ਦੇਈਦੀ ਆ ਪਹਿਲਾਂ ਤੈਹ ਤੱਕ ਜਾਈਦਾ ਪਰ ਵੀਡੀਓ ਅੱਕ ਨਹੀਂ ਪਾਈ ਇਹ ਵੀਡੀਓ ਜਿਹੜੀਆਂ ਇਹ ਤੁਹਾਨੂੰ ਕਿਹਾ ਨਾ ਪਾਵਾਂਗੇ ਉਹ ਇਸ ਕਰਕੇ ਪਾਵਾਂਗੇ ਕਿ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਕਦੇ ਵਿਸ਼ਵਾਸ ਟੁੱਟਣ ਨਹੀਂ ਦੇਣਾ ਤਾਂ ਜੋ ਜਿਹੜੇ ਸਾਡੇ ਭੈਣ ਭਰਾ ਜੇ ਅੱਜ ਉਹਨਾਂ ਨੂੰ ਆਪਾਂ ਛਾਤੀ ਨਾਲ ਲਾ ਲਿਆ ਨੇ ਜਿਹੜੇ ਮੱਜਿਆਂ ਜਿਹੜੀ ਆ ਜਿਹੜੀ ਨਵੀਂ ਪਨੀਰੀ ਆ ਨਾ ਇੱਕ ਠੋਕੇ ਸਿੱਖੀ ਦਾ ਪ੍ਰਚਾਰ ਕਰਨਗੇ ਫੇਰ ਭਾਵੇਂ ਸਰਕਾਰ ਜੇਲਾਂ ਹੀ ਦਵੇ ਤੇ ਭਾਵੇਂ ਰੇਲਾਂ ਥੱਲੇ ਦਵੇ ਇਹ ਦੱਬੇ ਨਹੀਂ ਜਾਣਗੇ ਤੇ ਜੇ ਅੱਜ ਇਹ ਇਹ ਜਿਹੜੇ ਸਾਡੇ ਬਜ਼ੁਰਗ ਮੰਝਿਆਂ ਦੇ ਰੁਲਗੇ ਨਾ ਸਾਡੀ ਆਉਣ ਵਾਲੀ ਪੀੜੀ ਨੇ ਪ੍ਰਚਾਰਕ ਨਹੀਂ ਬਣਨਾ ਕਈ ਕਹਿੰਦੇ ਨਾ ਵੀ ਸਿੱਖੀ ਸਿੱਖ ਨਹੀਂ ਮੁੱਕਣੀ ਮੈਂ ਨਹੀਂ ਕਹਿੰਦਾ ਸਿੱਖ ਮੁੱਕਣੇ ਸਿੱਖ ਮੁੱਕਣਾ ਨਹੀਂ ਕਦੇ ਪਰ ਯਾਰ ਜਦੋਂ ਸਿੱਖ ਨੂੰ ਤਿਆਰ ਕਰਨ ਵਾਲੇ ਮੁੱਕ ਗਏ ਕਿਹੜੇ ਸਿੱਖ ਦੀਆਂ ਗੱਲਾਂ ਕਰੋਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋ ਪ੍ਰਚਾਰਕ ਥੋੜੇ ਸੀ ਭਾਈ ਗੁਰਦਾਸ ਵਰਗੇ ਬਾਬੇ ਬਿਧੀ ਚੰਦ ਵਰਗੇ ਬਾਬੇ ਲੰਗਾਹ ਵਰਗੇ ਬਾਬੇ ਜੇਠੇ ਵਰਗੇ ਬਹੁਤ ਪ੍ਰਚਾਰਕ ਹੀ ਮਹਾਰਾਜ ਦੇ ਕੋਲ ਪਰ ਉਹਨਾਂ ਨੂੰ ਢਾਡੀ ਢਾਡੀਆਂ ਨੂੰ ਕਿਉਂ ਲਿਆਂਦਾ ਢਾਡੀ ਵਿਰਸ ਪੈਦਾ ਕਰਦੇ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਵੀਆਂ ਨੂੰ ਵੱਡਾ ਮਾਣ ਦਿੱਤਾ ਹਨ ਤੇ ਇਸੇ ਤਰ੍ਹਾਂ ਬਾਬਾ ਬੁੱਢਾ ਸਾਹਿਬ ਦਾ ਪਰਿਵਾਰ ਹੈ ਗਰੰਥੀ ਸਿੰਘ ਇਹਨਾਂ ਨੂੰ ਵੀ ਸਾਂਭਣਾ ਚਾਹੀਦਾ ਮੈਂ ਸਾਰੇ ਹੀ ਭੈਣ ਭਰਾਵਾਂ ਨੂੰ ਜਿਨ੍ਹਾਂ ਨੇ ਢਾਡੀ ਰਾਗੀ ਪ੍ਰਚਾਰਕ ਸਾਰੇ ਵੀਰਾਂ ਨੂੰ ਇਹੋ ਬੇਨਤੀ ਕਰਦਾ ਇੱਕ ਦਿਨ ਆਪਾਂ ਮੀਟਿੰਗ ਰੱਖਾਂਗੇ ਮੈਨੂੰ WhatsApp ਤੇ ਮੈਸੇਜ ਕਰੋ ਮੈਂ ਤੁਹਾਡਾ ਮੈਸੇਜ ਸੁਣੂੰਗਾ ਤੁਹਾਨੂੰ ਜਵਾਬ ਵੀ ਦਵਾਂਗਾ ਇਹ ਨਹੀਂ ਕਿਉਂਕਿ ਇਹ ਤੁਹਾਡਾ ਆਪਣਾ ਕੰਮ ਆ ਤੁਹਾਡੀ ਆਪਣੀ ਸੇਵਾ ਤੁਸੀਂ ਆਪੋ ਆਪਣੇ ਇਲਾਕਿਆਂ ਦੇ ਵਿੱਚ ਜਾ ਕੇ ਉਹਨਾਂ ਘਰਾਂ ਦੀ ਤਫ਼ਤੀਸ਼ ਕਰੋ ਕਿ ਵਾਕਿਆ ਇਸ ਬੰਦੇ ਨੂੰ ਯੋਗ ਆ ਇਹ ਲੋੜਿਆ ਕਿਉਂਕਿ ਕਈ ਨਾ ਤੁਸੀਂ ਗਿੱਲ ਸਾਹਿਬ ਜਾ ਕੇ ਕਦੇ ਨਾਲ ਵੇਖ ਲਿਓ ਕਈ ਘਰ ਇਦਾਂ ਦੇ ਵੇਖਣਾਂ ਦੀ ਛੱਤਾਂ ਡਿੱਗਣ ਵਾਲੀਆਂ ਕਿਸ ਨੇ ਛਾਤਰੀ ਪਵਾਈ ਉਹਨਾਂ ਪੰਤਰੀ ਲੰਮਾ ਸਮਾਂ ਢਾਡੀ ਬਣ ਕੇ ਸੇਵਾ ਕੀਤੀ ਕੋਈ ਸ਼ਰੰਗੀ ਮਾਸਟਰ ਮੰਚੀ ਤੇ ਪਿਆ ਦਵਾਈ ਦੁਖੋਂ ਉਹ ਕਿਸ ਨੇ ਪੁੱਛਿਆ ਹੀ ਨਹੀਂ ਕੋਈ ਪਾਟੀ ਸਿੰਘ ਆ ਮੰਝਿਆਂ ਦੇ ਬਿਲਕਦੇ ਪਏ ਆ ਕਿਸੇ ਦੀ ਧੀ ਵਿਆਹਣ ਵਾਲੀ ਆ ਵੇਖੋ ਇੱਕ ਗੱਲ ਆ ਚਲੋ ਮੈਂ ਨਹੀਂ ਕਹਿੰਦਾ ਕਿ ਐਨ ਜੀਓ ਟੀਮਾਂ ਵਾਲੇ ਮਾੜੇ ਆ ਭਾਵੇਂ ਉਹ ਵੀ ਸਾਡੇ ਭਰਾ ਹੀ ਆ ਵੇਖੋ ਜਦੋਂ ਉਹ ਸਿੱਖ ਇੱਕ ਪਾਸੇ ਕਹਿੰਦੇ ਦਾਨੀ ਆ ਤੇ ਜਦੋਂ ਉਹ ਆਪਣੇ ਹਿੰਦੂ ਭਰਾਵਾਂ ਨੂੰ ਸਾਧ ਕੇ ਐਨ ਜੀਓ ਟੀਮਾਂ ਜਿਹੜੀਆਂ ਉਹਨਾਂ ਨੇ ਬਣਾਈਆਂ ਉਹਨਾਂ ਦੇ ਕੋਲੋਂ ਆਟਾ ਦਾਲ ਲੈਂਦੇ ਕਿੰਨਾ ਕਿ ਸਿੱਖ ਪੰਤਾ ਸਿਰ ਉੱਚਾ ਹੁੰਦਾ ਕਿ ਉਹਨਾ 1 ਕਮਾ ਪਾ ਵੀ ਕਰੀਏ ਮੈਂ ਜਿੰਨੇ ਵੀ ਆਪਣੇ ਪ੍ਰਚਾਰਕ ਭਰਾ ਮੈਂ ਸਾਰਿਆਂ ਨੂੰ ਹੀ ਬੇਨਤੀ ਕੀਤੀ ਆ ਵੀ ਜੇ ਆਪਾਂ 5-500 ਰੁਪਿਆ ਪਰ ਮੰਥ ਇਕੱਠਾ ਕਰੀਏ ਉਹ ਇੱਕ ਆਪਣਾ ਅਕਾਊਂਟ ਬਣਿਆ ਉਹਦੇ ਚ ਆਪਾਂ ਪਾਈ ਜਾਣਾ ਜਦੋਂ ਮਹੀਨਾ ਹੁੰਦਾ ਮਹੀਨੇ ਦੇ ਬਾਅਦ ਆਪਾਂ ਉਹਦਾ ਹਿਸਾਬ ਕਰਨਾ ਵੀ ਕਿੰਨੀ ਮਾਇਆ ਸਾਨੂੰ ਆਈ ਆ ਤੇ ਕਿੰਨੀ ਮਾਇਆ ਅਸੀਂ ਵਰਤ ਰਹੇ ਆ ਤੇ ਕਿੰਨੀ ਮਾਇਆ ਸਾਡੇ ਕੋਲ ਬਚੀ ਆ ਉਹਦਾ ਹਿਸਾਬ ਦੱਸ ਦਿੱਤਾ ਜਾਵੇ ਠੀਕ ਆ ਨਾ ਉਦੇ ਨਾਲ ਇਹ ਮੈਂ ਇਹ ਚੋਣਾ ਵੇਖੋ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਇਹੋ ਹੀ ਆ ਪਈ ਪੰਜਾਬ ਦੇ ਉਹ ਆਪਾਂ ਬਚਾ ਲਈਏ ਲੋਕ ਜਿਨ੍ਹਾਂ ਨੇ ਲੰਮਾ ਸਮਾਂ ਅਜਤੇ ਢਾਡੀ ਰਾਗੀ ਸਟੇਜਾਂ ਤੇ ਬੜਕਾ ਮਾਰਦੇ ਬਹੁਤ ਕੁਝ ਕਹਿ ਜਾਂਦੇ ਖਾਲਸਾ ਦੀ ਵੀ ਗੱਲ ਕਰ ਜਾਂਦੇ ਆ ਇੰਦਰਾ ਨੂੰ ਵੀ ਮਾਰ ਜਾਂਦੇ ਹਨਾ ਕਦੇ ਸਮਾਂ ਸੀ ਤੁਹਾਨੂੰ ਪਤਾ ਬਾਬਾ ਜਗਰਾਜ ਸਿੰਘ ਤੂਫਾਨ ਦੇ ਸਮੇਂ ਦੇ ਉੱਤੇ ਜੇ ਕੋਈ ਰਾਗੀ ਢਾਡੀ ਸਟੇਜ ਤੇ ਬੋਲਦਾ ਹੈ ਨਾ ਤੇ ਉਹਨੂੰ ਚੁੱਕ ਕੇ ਲੈ ਜਾਂਦੀ ਸੀ ਪੁਲਿਸ ਤੇ ਉਹਨੂੰ ਕਈ ਕਈ ਦਿਨ ਮਤਲਬ ਡਾਂਗ ਫੇਰਦੀ ਸੀ ਕਈਆਂ ਨੂੰ ਕੁੱਟ-ਕੁੱਟ ਕੇ ਇਦਾਂ ਬੁਰੇ ਹਾਲ ਕਰਦੇ ਕਈ ਦੀ ਜ਼ੁਬਾਨ ਬੋਲਣੋਂ ਥਰਕਾਉਂ ਡੈ ਪਿਆ ਕਿਸੇ ਨੂੰ ਉੱਚਾ ਸੁਣ ਡੈ ਪਿਆ ਦਿਮਾਗ ਤੋਂ ਦਿਮਾਗ ਤੋਂ ਪੈਦਲ ਕਰ ਦਿੰਦੇ ਇਨਾਂ ਪੈਰ ਦੀਆਂ ਤਲੀਆਂ ਤੇ ਜਦੋਂ ਕੁੱਟਿਆ ਜਾਂਦਾ ਤੇ ਦਿਮਾਗ ਤੱਕ ਸੱਟ ਜਾਂਦੀ ਦਿਮਾਗ ਕਮਜ਼ੋਰ ਹੋ ਜਾਂਦਾ ਬਹੁਤ ਸਾਰੀਆਂ ਜਿਹੜੇ ਸੰਘਰਸ਼ ਦੇ ਵਿੱਚ ਤਕਲੀਫਾਂ ਜੜੀਆਂ ਉਹਨਾਂ ਲੋਕਾਂ ਨੇ ਜੜੀਆਂ ਜਿਨ੍ਹਾਂ ਲੋਕਾਂ ਦਾ ਅੱਜ ਸਾਨੂੰ ਸਾਥ ਦੇਣ ਦੀ ਲੋੜ ਆ ਤੇ ਮੈਂ ਆਸ ਕਰਦਾ ਵਾਂ ਵੀ ਉਹ ਭਰਾ ਸਾਡੇ ਸਾਥ ਜਰੂਰ ਦੇਣਗੇ ਇਸ ਲਹਿਰ ਦਾ ਹਿੱਸਾ ਵੀ ਬਣਨਗੇ ਜੀ ਸੋ ਇਹ ਸੰਨ ਅਕਾਲੀ ਮਾਨਸਾ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਤੇ ਇਹਨਾਂ ਦੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਬੜੇ ਬੇਬਾਕੀ ਦੇ ਨਾਲ ਆਪਣਾ ਪੱਖ ਪੇਸ਼ ਕੀਤਾ ਗਿਆ ਉਹ ਭਾਵੇਂ ਅਮਰਤਪਾਲ ਸਿੰਘ ਹੋਣਾ ਦਾ ਮੁੱਦਾ ਹੋਵੇ ਉਹਨਾਂ ਦੇ ਭਰਾਤਾ ਦਾ ਮੁੱਦਾ ਹੋਵੇ ਜਾਂ ਫਿਰ ਪੰਜਾਬ ਦੇ ਵਿੱਚ ਜਿੰਨੇ ਵੀ ਮਸਲੇ ਹੋਰ ਉੱਠੇ ਨੇ ਐਸਜੀਪੀਸੀ ਦੀ ਕਾਰਗੁਜ਼ਾਰੀ ਦੇ ਉੱਪਰ ਸ਼ੋਭਨੀ ਅਕਾਲੀ ਦਲ ਦੇ ਉੱਪਰ ਵੱਖ-ਵੱਖ ਤਰੀਕੇ ਦੇ ਨਾਲ ਜਿਹੜੀਆਂ ਵੀ ਪਰਿਸਥਿਤੀਆਂ ਪੰਜਾਬ ਦੇ ਵਿੱਚ ਪੈਦਾ ਹੋਈਆਂ ਉਹਦੇ ਉੱਪਰ ਨੇ ਧੜਕੋ ਕੇ ਵਿਵਾਖ ਹੋ ਕੇ ਇਹਨਾਂ ਦੇ ਵੱਲੋਂ ਆਪਣੀ ਗੱਲ ਰੱਖੀ ਗਈ ਹੈ ਕੀਤੀਗੇ ਸਾਰੀ ਗੱਲਬਾਤ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਪ੍ਰतिकਰਮ ਤੇ ਟਿੱਪਣੀ ਜ਼ਰੂਰ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ ਤੇ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਮਨ ਦੇ ਵਿੱਚ ਕੀ ਬਲਬਲੇ ਨੇ ਬਹਰ ਹਾਲ ਕੈਮਰਾਮੈਨ ਵਿਜੇ ਕੁਮਾਰ ਦੇ ਨਾਲ ਮੈਂ ਸੁਖਬੀਰ ਸਿੰਘ ਸ਼ਿਰਗਲ ਹਮਦਰਦ ਟੀਵੀ ਬਿਆਸ